This is a Red FM Vancouver podcast. Make sure you hit subscribe for more great content. For further info, log on to redfm.ca. CKYE 89.1 and 93.1 Red FM, the evening show with Shamil Hoji to see Jasmine Denal. Te mere naal phone line te maujood ne Virk Vyas and associate lawyer to Sonia Virk, jinna naal gal baat karange aaj real estate de bare vich. Sonia, bahut bahut swagat hai tuhanda. Thank you, Jasmine. Thank you for having me. Welcome to the show. अच्छा सोनिया, सब तो पहला अज असी गल करनी है रियल एस्टेट की। जदों भी घर खरीदना होवे, कोई बिजनेस खरीदना होवे ना, इंसान दे बहुत सारे सुपने होंदे ने, पर कई वारी सही इनफॉरमेशन ना होने करके या कई वारी गाइडेंस नहीं प्रॉपर मिलती तो कई वारी प्रॉब्लम्स भी क्रिएट होनिया शुरू हो जांदियां। अज आपां चाहांगे कि उन्हां ही मुद्दियां ते गल कीती जाए। सो जे साडे किसी कॉलर का कोई भी सवाल है, 604-591-9311 स्टूडियो का नंबर है। रियल एस्टेट बारे तुहाडा कोई भी सवाल है, सोनिया विर्क तुहाडे सवालों के जवाब देंगे। 604-591-9311। अच्छा सोनिया, सब तो पहला ये गल दसो मैनू कि टाइटल रजिस्ट्रेशन ये कहंदे किनू है, वट इज़ टाइटल रजिस्ट्रेशन, इहदा मतलब की है? हाँ जी जैसमिन, जिहड़ी टाइटल रजिस्ट्रेशन का मतलब यह हैगा कि जिहड़ा तुसीं प्रॉपर्टी लैंदे आ उसदे उत्ते नाम किहदा पाउंदे आ, रजिस्ट्री किहदे नाम दी करदे, जिद्दां आपां इंडिया च रजिस्ट्री किहदा उहनूं, सो उसनूं टाइटल रजिस्ट्रेशन किहा जांदा आ। सो मालक जिहड़े हैगे आ उस प्रॉपर्टी दे, जरूरी नहीं है टेक्निकली इत्थे आपां अगे गल करांगे कि जिन्हां दा नाम टाइटल ते होवे कि उह नैसेसरली मालक होण, ठीक है, पर जिन्हां दा नाम तुसीं टाइटल ते पाउणा आ, किद्दां पाउणा आ, ਕਿਹਦਾ ਕਿਹਦਾ ਨਾਮ ਪਾਉਣਾ ਆ, ਉਹਨਾਂ ਦੀ ਓਨਰਸ਼ਿਪ ਕਿੱਦਾਂ ਹੋਣੀ ਆ, ਬਹੁਤ ਬਹੁਤ ਇੰਪੋਰਟੈਂਟ ਹੁੰਦਾ, ਕਿਉਂਕਿ ਲੇਟਰ ਆਨ ਕਾਫੀ ਲੋਕਾਂ ਨੂੰ ਨੁਕਸਾਨ ਹੁੰਦਾ ਜੋ ਸਹੀ ਟਾਈਮ ਤੇ ਐਡਵਾਈਸ ਨਾ ਲਈ ਹੋਵੇ। ਜੀ ਜੀ, ਸੋਨੀਆ ਸਾਡੇ ਨਾਲ ਇੱਕ ਕਾਲਰ ਜੁੜੇ ਨੇ, ਉਹਨਾਂ ਦੀ ਗੱਲ ਸੁਣਦੇ ਆ। ਸਿਮਰਨ ਮੇਰੇ ਨਾਲ ਨੇ। ਹਾਂਜੀ ਸਿਮਰਨ, ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਓਕੇ ਮੈਮ, ਮੇਰਾ ਕੁਐਸਚਨ ਹੈ ਕਿ ਜੇ ਮੈਂ ਇਨ ਫਿਊਚਰ ਘਰ ਬਾਏ ਕਰਨ ਬਾਰੇ ਸੋਚਾਂ ਤਾਂ ਲਾਈਕ ਮੈਨੂੰ ਨਹੀਂ ਪਤਾ ਕਿ ਮੇਰੀ ਮਤਲਬ ਮੈਂ ਕਿੰਨੇ ਲੋਨ ਲਈ ਐਲੀਜੀਬਲ ਹਾਂ ਜਾਂ ਕਿੱਦਾਂ, ਬਟ ਮੈਂ ਇੱਦਾਂ ਕਰ ਸਕਦੀ ਹਾਂ ਕਿ ਘਰ ਮੇਰੀ ਮੋਮ ਦੇ ਨਾਮ ਤੇ ਹੋਵੇ, ਬਿਕਾਜ਼ ਮੇਰੀ ਮੋਮ ਡਾਊਨ ਪੇਮੈਂਟ ਕਰਦੇ ਜਿੱਦਾਂ ਇੰਡੀਆ ਤੋਂ ਪੈਸੇ ਕਰਕੇ, ਤਾਂ ਮੇਰੀ ਮੋਮ ਡਾਊਨ ਪੇਮੈਂਟ ਕਰਦੇ ਬਟ ਮੋਰਗੇਜ ਮੇਰੇ ਨਾਮ ਤੇ ਹੋ ਜਾਏ। ਓਕੇ ਸਿਮਰਨ, ਸੋਨੀਆ ਤੋਂ ਪੁੱਛਦੇ ਆ। ਹਾਂਜੀ ਸੋਨੀਆ। ਹਾਂਜੀ ਸਿਮਰਨ, ਇਹ ਪੋਸੀਬਲ ਨਹੀਂ ਹੈਗਾ, ਕਿਉਂਕਿ ਜੇ ਤੁਹਾਡਾ ਜਿਹਦੇ ਨਾਮ ਤੇ ਘਰ ਆ ਉਹਦੇ ਹੀ ਨਾਮ ਤੇ ਮੋਰਗੇਜ ਹੁੰਦੀ ਆ, ਸੋ ਇਹਦੇ ਚ ਪੋਸੀਬਿਲਿਟੀ ਹੈਗੀ ਆ। ਆਈ ਐਮ ਅਸਿਊਮਿੰਗ ਕਿ ਤੁਹਾਡੀ ਮਦਰ ਵੀ ਕੈਨੇਡਾ ਚ ਹੈਗੇ ਆ, ਸੋ ਨਹੀਂ ਜੀ, ਫਿਰ ਤਾਂ ਬਹੁਤ ਪ੍ਰੋਬਲਮ ਹੈਗੀ ਆ। ਵਿਜ਼ਿਟਰ ਵੀਜ਼ਾ ਤੇ ਉਹਨਾਂ ਦੇ ਨਾਮ ਤੇ ਤੁਸੀਂ ਪ੍ਰੋਪਰਟੀ ਬਿਲਕੁਲ ਨਹੀਂ ਲੈ ਸਕਦੇ, ਐਕਚੁਲੀ ਲੈ ਸਕਦੇ ਆ, ਪਰ ਉਹਦਾ ਪ੍ਰੋਪਰਟੀ ਟ੍ਰਾਂਸਫਰ ਟੈਕਸ ਬਹੁਤ ਜ਼ਿਆਦਾ ਆ। ਉਹ ਵੀ ਆਪਾਂ ਅੱਗੇ ਜਾ ਕੇ ਗੱਲ ਕਰਨੀ, ਕਿਉਂਕਿ ਜਿਹੜੇ ਕੈਨੇਡੀਅਨਸ ਨਹੀਂ ਹੈਗੇ ਪਰਮਾਨੈਂਟ ਰੈਜੀਡੈਂਟ ਜਾਂ ਸਿਟੀਜ਼ਨਸ ਜਾਂ ਜਿਹੜੇ ਵਰਕ ਪਰਮਿਟ ਤੇ BCPNP ਦੇ ਥਰੂ ਆਉਂਦੇ ਆ, ਉਹਨਾਂ ਦੀ ਐਗਜ਼ੈਂਪਸ਼ਨ ਹੈਗੀ ਆ। ਬਾਕੀ ਸਾਰਿਆਂ ਦਾ ਬਹੁਤ 20% ਤੋਂ ਉੱਪਰ ਟੈਕਸ ਪੈਂਦਾ ਆ, ਪ੍ਰੋਪਰਟੀ ਟ੍ਰਾਂਸਫਰ ਟੈਕਸ। ਓਕੇ, ਪਰ ਜੇ ਇਨ ਫਿਊਚਰ ਅਸੀਂ ਉਹਨਾਂ ਦੀ PR ਅਪਲਾਈ ਕਰ ਦਿੰਦੇ ਆ, ਜੇ ਉਹ PR ਹੋ ਜਾਂਦੇ ਆ ਫੇਰ ਕਰ ਸਕਦੇ ਆ? ਜਦੋਂ PR ਹੋ ਜਾਂਦੇ ਆ ਉਦੋਂ ਜੀ, ਰਾਈਟ, ਜਦੋਂ PR ਹੋ ਵੀ ਜਾਂਦੇ ਆ। ਇੱਕ ਹੋਰ ਡਿਸਟਿੰਕਸ਼ਨ ਹੈ, ਕਾਫੀ ਲੋਕਾਂ ਦੀ ਕਨਫਿਊਜ਼ਨ ਹੈ ਕਿ ਜੇ ਤਾਂ ਪ੍ਰੋਪਰਟੀ ਹੈਗੀ ਆ ਤੁਹਾਡੇ ਮਦਰ ਦੀ ਤਾਂ ਮਦਰ ਦੇ ਨਾਮ ਤੇ ਹੋਣੀ ਚਾਹੀਦੀ, ਜੇ ਤੁਹਾਡੀ ਆ ਤਾਂ ਤੁਹਾਡੇ ਨਾਮ ਤੇ ਹੋਣੀ ਚਾਹੀਦੀ ਹੈ, ਜੇ ਤੁਹਾਡੀ ਅੱਧੀ ਅੱਧੀ ਆ ਤਾਂ ਦੋਹਾਂ ਦੇ ਨਾਮ ਤੇ ਹੋਣੀ ਚਾਹੀਦੀ ਆ। ਸੋ ਇਹ ਨਹੀਂ ਹੋ ਸਕਦਾ ਕਿ ਪ੍ਰੋਪਰਟੀ ਉਹਨਾਂ ਦੀ ਹੋਵੇ ਤਾਂ ਮੋਰਗੇਜ ਤੁਹਾਡੀ ਹੋਵੇ, ਜਿਹਦੇ ਨਾਮ ਤੇ ਪ੍ਰੋਪਰਟੀ ਆ ਉਹੀ ਮੋਰਗੇਜ ਸਾਈਨ ਕਰ ਸਕਦਾ ਹੈ, ਕਿਉਂਕਿ ਮੋਰਗੇਜ ਟਾਈਟਲ ਤੇ ਚਾਰਜ ਹੁੰਦਾ ਆ, ਜਿਹਦੇ ਨਾਮ ਤੇ ਪ੍ਰੋਪਰਟੀ ਉਹੀ ਮੋਰਗੇਜ ਗ੍ਰਾਂਟ ਕਰ ਸਕਦਾ, ਦੂਸਰਾ ਕੋਈ ਗ੍ਰਾਂਟ ਨਹੀਂ ਕਰ ਸਕਦਾ। ਜੀ ਸੋਨੀਆ, ਅਗਲੇ ਕਾਲਰ ਦਾ ਸਵਾਲ ਸੁਣਦੇ ਆ। ਅਜੀਤ ਮੇਰੇ ਨਾਲ ਨੇ। ਹਾਏ ਅਜੀਤ। ਹਾਂਜੀ, ਗੁੱਡ ਈਵਨਿੰਗ ਮੈਮ। ਗੁੱਡ ਈਵਨਿੰਗ। ਹਾਂਜੀ, ਮੇਰਾ ਕੁਐਸਚਨ ਹੈ, ਸਪੋਜ਼ ਆਈ ਐਮ ਅ ਬਾਇਰ, ਰਾਈਟ ਜੀ, ਯੂ ਆਰ ਰੀਅਲਟਰ, ਮੈਂ ਤੁਹਾਡੇ ਥਰੂ ਕੋਈ ਪ੍ਰੋਪਰਟੀ ਖਰੀਦਣਾ ਚਾਹੁੰਦਾ। ਪਹਿਲਾ ਮੇਰਾ ਕੁਐਸਚਨ ਹੈ ਕਿ ਕਿਆ ਮੈਂ ਐਜ਼ ਅ ਲੀਗਲ ਐਜ਼ ਅ ਬਾਇਰ, ਮੰਨ ਲਓ ਕੋਈ ਵੀ ਕੋਂਡੋ ਟਾਊਨ ਹਾਊਸ ਤੁਹਾਡੇ ਥਰੂ ਖਰੀਦਣਾ, ਕਿਆ ਮੇਰਾ ਲੀਗਲ ਰਾਈਟ ਹੈ? ਤੁਹਾਡੇ ਕੋਲ ਪੁੱਛਣ ਦਾ, ਇਹਦੀ ਲਾਸਟ ਈਅਰ ਦੀ ਅਸੈਸਮੈਂਟ ਕਿੰਨੀ ਆਈ ਸੀ ਜੀ? ਪਿਛਲੇ ਸਾਲ ਦੀ ਅਸੈਸਮੈਂਟ ਕਿੰਨੀ ਆਈ ਸੀਗੀ, ਅਫਕੋਰਸ ਤੁਸੀਂ ਪੁੱਛ ਸਕਦੇ ਆ, ਰਾਈਟ। ਸੋ ਜਿਹੜਾ ਤੁਹਾਡੇ ਲਈ ਐਕਟ ਕਰ ਰਿਹਾ ਤਾਂ ਉਹਨਾਂ ਦੀ ਆਲਮੋਸਟ, ਜੇ ਤੁਸੀਂ ਸਪੈਸ਼ਲੀ ਕੁਐਸਚਨ ਪੁੱਛਦੇ ਆ ਤਾਂ ਉਹਨਾਂ ਦੀ ਆਬਲੀਗੇਸ਼ਨ ਬਣਦੀ ਕਿ ਉਹ ਜਵਾਬ ਦੇਣ। ਪਰ ਜਿਹੜੀ ਅਸੈਸਮੈਂਟ ਦੀ ਇਨਫੋਰਮੇਸ਼ਨ ਹੈ ਬਹੁਤ ਈਜ਼ੀਲੀ ਅਵੇਲੇਬਲ ਹੈਗੀ ਹੈ, ਜੇ ਤੁਸੀਂ ਇੰਟਰਨੈਟ ਤੇ ਜਾ ਕੇ BC ਅਸੈਸਮੈਂਟ ਦੀ ਵੈਬਸਾਈਟ ਤੇ ਜਾਓ ਤਾਂ ਤੁਸੀਂ ਕੋਈ ਵੀ ਪ੍ਰੋਪਰਟੀ ਐਡਰੈਸ ਫਿਲ ਇਨ ਕਰ ਦੋ, ਤੁਹਾਨੂੰ ਅਸੈਸਮੈਂਟ ਦੀ ਵੈਲਿਊ ਮਿਲ ਜਾਣੀ ਹੈ ਉਹਦੇ, ਪਿਛਲੇ ਸਾਲ ਦੀ ਵੀ ਹੁੰਦੀ ਹੈ ਉਹਦੇ ਤੇ।
ਸੋਨੀਆ ਅਗਲੇ ਕਾਲਰ ਦਾ ਸਵਾਲ ਸੁਣਦੇ ਆ। ਅਮਨ ਮੇਰੇ ਨਾਲ ਨੇ। ਹਾਏ ਅਮਨ। ਹਾਏ ਮੈਮ, ਮੈਂ ਨਾ ਐਕਚੁਅਲੀ ਰੀਸੈਂਟਲੀ ਮਤਲਬ ਪੀਆਰ ਹੋਇਆ ਵਾਂ ਜੀ। ਨੌਕਰੀ ਵੀ ਨਹੀਂ ਹੋਈ ਨਾ, ਜਿੱਦਾਂ ਮੈਂ ਹੁਣ ਜਿਹੜੀ ਪਹਿਲਾਂ ਜਿਹੜੀ ਮੇਰੀ ਇਨਕਮ ਸੀਗੀ ਲਾਈਕ ਇਟ ਵਾਸ ਨਾਟ ਇਨਫ, ਮੈਂ ਹੁਣ ਜਿੱਥੇ ਪ੍ਰੋਪਰਟੀ ਦਾ ਮੈਂ ਬਾਏ ਕਰਨੀ ਹੋਵੇ। ਪਰ ਮੈਂ ਕੁਐਸਚਨ ਇਹ ਵੀ ਜੇ ਹੁਣ ਮੈਂ ਇੱਥੇ ਮੰਨ ਲਓ ਮਤਲਬ ਲਾਈਕ ਮੈਂ ਥੋੜ੍ਹਾ ਬਹੁਤ ਮੈਂ ਲੈਂਡ ਬਾਏ ਕਰਨੀ ਚਾਹੁੰਦਾ ਵਾਂ ਜੀ, ਤੇ ਇਫ ਮੈਂ ਉਹ ਕੈਸ਼ ਪੇ ਕਰਕੇ ਲੈ ਰਿਹਾ ਹਾਂ ਤਾਂ ਲਾਈਕ ਮਤਲਬ ਵਿਲ ਆਈ ਬੀ ਏਬਲ ਟੂ ਬਾਏ ਇਟ? ਪ੍ਰੋਪਰਟੀ ਲੈਣ ਦੀ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ। ਜੇ ਤੁਸੀਂ ਪਰਮਾਨੈਂਟ ਰੈਜ਼ੀਡੈਂਟ ਹੋ ਗਏ ਹੋ ਤਾਂ ਫਿਰ ਤੁਹਾਨੂੰ ਫੋਰਨ ਬਾਏ ਟੈਕਸ ਦੇਣ ਦੀ ਜ਼ਰੂਰਤ ਨਹੀਂ ਹੈਗੀ। ਸੋ ਜੇ ਤੁਸੀਂ ਇੱਥੇ ਕੈਸ਼ ਦੇ ਕੇ ਤੁਸੀਂ ਕਦੇ ਵੀ ਪ੍ਰੋਪਰਟੀ ਲੈ ਸਕਦੇ। ਮੋਰਗੇਜ ਸਿਰਫ ਉਹ ਲੋਕ ਲੈਂਦੇ ਜਿਹਨਾਂ ਕੋਲ ਪੂਰਾ ਕੈਸ਼ ਨਹੀਂ ਹੁੰਦਾ। ਜੇ ਸਾਡੇ ਕੋਲ ਫੁੱਲ ਅਮਾਊਂਟ ਕੈਸ਼ ਹੈਗਾ ਹੈ, ਸੋ ਵਾਈ ਨਾਟ, ਫਿਰ ਤਾਂ ਯੂਅਰ ਲੱਕੀ, ਯੂ ਕੈਨ ਬਾਏ ਦ ਲੈਂਡ ਬੇਸਡ ਔਨ ਜਿਹੜੇ ਤੁਹਾਡੇ ਕੋਲ ਫੁੱਲ ਵੈਲਿਊ ਹੈਗੀ ਹੈ ਆਲਰੇਡੀ। ਅਮਨ, ਉਮੀਦ ਕਰਦੇ ਹਾਂ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਹੋਏਗਾ। ਸੋਨੀਆ, ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਹੁਣੇ ਵਾਪਸ ਆਉਂਦੇ ਹਾਂ। ਤੁਹਾਡਾ ਕੋਈ ਸਵਾਲ ਹੋਵੇ ਰੀਅਲ ਇਸਟੇਟ ਬਾਰੇ, ਕਾਲ ਕਰ ਸਕਦੇ ਹੋ 604-591-9311। CKYE 89.1 ਐਂਡ 93.1 ਰੈਡ FM ਦਾ ਈਵਨਿੰਗ ਸ਼ੋਅ ਵਿੱਚ ਸ਼ਾਮਲ ਹੋ ਜੀ ਤੁਸੀਂ ਜੈਸਮਿਨ ਦੇ ਨਾਲ, ਤੇ ਮੇਰੇ ਨਾਲ ਮੌਜੂਦ ਨੇ ਵਿਰਕ ਵਿਆਸ ਐਂਡ ਐਸੋਸੀਏਟ ਲਾਇਰਸ ਤੋਂ ਫੇਮਸ ਵਕੀਲ ਸੋਨੀਆ ਵਿਰਕ, ਜਿਹੜੇ ਕਿ ਅੱਜ ਰੀਅਲ ਇਸਟੇਟ ਸੰਬੰਧੀ ਸਵਾਲਾਂ ਦੇ ਜਵਾਬ ਦੇ ਰਹੇ ਨੇ। ਤੁਹਾਡਾ ਕੋਈ ਵੀ ਸਵਾਲ ਹੈ ਤਾਂ ਤੁਸੀਂ ਕਾਲ ਕਰ ਸਕਦੇ ਹੋ ਸਾਨੂੰ 604-591-9311, 604-591-9311। ਮੇਰੇ ਨਾਲ ਬਹੁਤ ਸਾਰੇ ਕਾਲਰਸ ਇੰਤਜ਼ਾਰ ਕਰ ਰਹੇ ਨੇ ਸੋਨੀਆ, ਉਹਨਾਂ ਦੀ ਗੱਲ ਸੁਣਦੇ ਹਾਂ। ਸਭ ਤੋਂ ਪਹਿਲਾਂ ਅਜੀਤ ਚਾਵਲਾ ਜੀ ਮੇਰੇ ਨਾਲ ਨੇ। ਹਾਂਜੀ ਅਜੀਤ ਜੀ। ਹਾਂਜੀ, ਸੋਰੀ ਮੇਰਾ ਫੋਨ ਡਿਸਕਨੈਕਟ ਹੋ ਗਿਆ ਸੀ। ਮੇਰਾ ਪਹਿਲਾ ਕੁਐਸਚਨ ਸੀ, ਦੋ ਸਿੰਪਲ ਜਿਹੇ ਕੁਐਸਚਨ ਨੇ ਜੀ, ਕਿ ਬੀਸੀ ਅਸੈਸਮੈਂਟ ਦੀ ਵੈਲਿਊ ਆਪਾਂ ਕਿੰਝ ਲੈ ਸਕਦੇ ਹਾਂ ਰੀਅਲਟਰ ਤੋਂ? ਕਿਆ ਉਹ ਰਿਫਿਊਜ਼ ਕਰ ਸਕਦਾ ਹੈ, ਜਾਂ ਅਸੀਂ ਉੱਥੇ ਜਾ ਕੇ ਸਿਟੀ ਆਫ ਸਰੀ ਜਾ ਕੇ ਮੰਗ ਸਕਦੇ ਹਾਂ? ਵਟ ਇਜ਼ ਦਾ ਬੈਸਟ ਵੇ ਟੂ ਗੈਟ ਏ ਬੀਸੀ ਅਸੈਸਮੈਂਟ, ਜਿਹੜਾ ਵੀ ਮੈਂ ਬਿਲਡਿੰਗ ਟਾਊਨ ਹਾਊਸ ਕੋਂਡੋ ਜਾਂ ਬਿਲਡਿੰਗ ਬਾਏ? ਦੂਜਾ ਕੁਐਸਚਨ, ਕੱਲ ਨੂੰ ਮੈਂ ਕਿਸੇ ਵੀ ਟਾਊਨ ਹਾਊਸ ਜਾਂ ਕੋਂਡੋ ਸ਼ਿਫਟ ਹੁੰਦਾ, ਮੈਂ ਸੋ ਮੈਨੀ ਕੰਪਲੇਂਟਸ ਕਿ ਉਹ ਫ੍ਰਿਜ ਨੀ ਚੱਲ ਰਿਹਾ ਸੀ, ਆਪਾਂ ਇੰਸਪੈਕਸ਼ਨ ਰਿਪੋਰਟ ਵੀ ਲੈ ਲੈਂਦੇ ਹਾਂ, ਉਹ ਬਾਅਦ ਵਿੱਚ ਰੀਅਲਟਰ ਤੇ ਚਲਾ ਜਾਂਦਾ ਜੀ, ਸਾਡੀ ਜ਼ਿੰਮੇਵਾਰੀ ਨੀ। ਉਹ ਕਹਿੰਦਾ ਮੇਰੀ ਜ਼ਿੰਮੇਵਾਰੀ ਨੀ, ਕੋਈ ਫ੍ਰਿਜ ਨੀ ਚੱਲਦਾ ਹੁੰਦਾ, ਕੋਈ ਫੈਨ ਨੀ ਚੱਲਦਾ, ਕੋਈ ਵਾਸ਼ਿੰਗ ਮਸ਼ੀਨ ਨੀ ਚੱਲਦੀ, ਉਹਦੀ ਰਿਸਪੋਨਸੀਬਿਲਟੀ ਕਿਹਦੇ ਉੱਤੇ ਆਏਗੀ ਅਗਰ ਉਹ ਚੇਂਜ ਨਹੀਂ ਕਰਦੇ? ਕੀ ਸਿਸਟਮ, ਉਹਦੀ ਕੰਪਲੇਂਟ ਕਰਨ ਦਾ ਤਰੀਕਾ ਕੀ ਹੈ? ਜੀ ਅਜੀਤ ਜੀ, ਸੋਨੀਆ ਵਿਰਕ ਤੁਹਾਡੇ ਦੋਨਾਂ ਸਵਾਲਾਂ ਦੇ ਜਵਾਬ ਦੇਣਗੇ। ਹਾਂਜੀ ਸੋਨੀਆ। ਹਾਂਜੀ, ਪਹਿਲੇ ਤਾਂ ਜਿੱਦਾਂ ਮੈਂ ਜਸਮੀਨ ਦੱਸਿਆ ਸੀਗਾ ਕਿ ਜਿਹੜੀ ਬੀਸੀ ਅਸੈਸਮੈਂਟ ਦੀ ਵੈਲਿਊ ਉਹ ਈਜ਼ਲੀ ਐਕਸੈਸਿਬਲ ਹੈਗੀ ਆ। ਤੁਸੀਂ ਬੀਸੀ ਅਸੈਸਮੈਂਟ ਦੀ ਵੈਬਸਾਈਟ ਤੇ ਜਾਓ ਜੀ, ਔਰ ਉੱਥੇ ਜਾ ਕੇ ਪ੍ਰੋਪਰਟੀ ਦਾ ਐਡਰੈਸ ਐਡ ਕਰੋ, ਤੁਸੀਂ ਕਿਸੇ ਵੀ ਪ੍ਰੋਪਰਟੀ ਦੀ ਅਸੈਸਮੈਂਟ ਕਰ ਸਕਦੇ ਆ। ਉਹ ਪਿਛਲੇ ਪ੍ਰੀਵੀਅਸ ਈਅਰ ਦੀ ਵੀ ਹੁੰਦੀ ਆ ਉਹਦੇ ਵਿੱਚ ਜੀ। ਐਂਡ ਦੂਸਰੀ ਜਿਹੜਾ ਤੁਹਾਡਾ ਕੁਐਸਚਨ ਹੈਗਾ ਆ, ਉਹ ਡਿਪੈਂਡ ਕਰਦਾ ਕਿ ਤੁਹਾਡੇ ਕੰਟਰੈਕਟ ਵਿੱਚ ਕੀ ਲਿਖਿਆ ਆ ਕਿ ਸੈਲਰ ਨੇ ਕੀ ਰੈਪ੍ਰੈਜੈਂਟੇਸ਼ਨਸ ਕੀਤੀਆਂ ਸੀਗੀਆਂ, ਤਾਂ ਜੋ ਤੁਸੀਂ ਉਹਦੇ ਹਿਸਾਬ ਨਾਲ ਜੇ ਉਹਨਾਂ ਨੇ ਕੁਛ, ਜੇ ਤਾਂ ਪੁਰਾਣਾ ਯੂਜ਼ਡ ਪ੍ਰੋਪਰਟੀ ਹੈਗੀ ਆ ਰਾਈਟ, ਸੋ ਉਸਦੇ ਵਿੱਚ ਫਰਿੱਜ ਨੀ ਚੱਲ ਰਹੀ, ਤਾਂ ਉਹਨਾਂ ਨੇ ਕਿਹਾ ਸੀ ਕਿ ਫਰਿੱਜ ਗੁੱਡ ਵਰਕਿੰਗ ਕੰਡੀਸ਼ਨ ਚ ਆ, ਤੁਸੀਂ ਉਹਨਾਂ ਨੂੰ ਸੂ ਕਰ ਸਕਦੇ ਹੋ, ਬਟ ਇਫ ਦੇ ਡਿਡਨਟ ਮੇਕ ਐਨੀ ਰੈਪ੍ਰੈਜੈਂਟੇਸ਼ਨ ਚਾਹੇ ਤੁਸੀਂ ਨਾ ਕਰ ਸਕੋ। ਇਹਦੇ ਵਿੱਚ ਜੇ ਥੋੜਾ ਜਿਹਾ ਕੰਪਲੀਕੇਟਡ ਆਨਸਰ, ਇਹਦਾ ਰਾਈਟ ਐਂਡ ਰੋਂਗ ਨਹੀਂ ਹੈਗਾ, ਮੈਂ ਇਹਨਾਂ ਨੂੰ ਰੈਕਮੈਂਡ ਕਰੂੰਗੀ ਕਿ ਤੁਸੀਂ ਕਿਸੇ ਲੋਇਰ ਦੇ ਨਾਲ ਕੌਂਸਲਟ ਬਣਾ ਕੇ ਆਪਣਾ ਕੰਟਰੈਕਟ ਨਾਲ ਲਿਜਾ ਕੇ ਮੇਰੇ ਔਰ ਮੇਰੀ ਵਾਈਫ ਕੇ ਨਾਮ ਪੇ ਟਾਈਟਲ ਹੈ ਇੱਕ ਟਾਊਨ ਹਾਊਸ ਕਾ। ਸੋ ਕੈਨ ਵੀ ਮੇਕ ਵਨ ਟਾਈਟਲ ਲਾਈਕ ਮੇਰੇ ਵਾਈਫ ਕੇ ਨਾਮ ਪੇ ਮੈਂ ਛੋੜਨਾ ਚਾਹਤਾ ਹੂੰ ਟਾਈਟਲ, ਸੋ ਕੈਨ ਵੀ ਡੂ ਦੈਟ? ਔਰ ਦੂਸਰਾ ਸਵਾਲ ਹੈ ਕਿ ਵੀ ਆਰ, ਮੈਨੇ ਸੁਣਾ ਹੈ ਕਹੀਂ ਪੀ ਕਿ ਇਸ ਲਾਈਕ ਇਫ ਯੂ ਆਰ ਸੈਕੰਡ ਹੋਮ ਲਾਈਕ ਸੈਕੰਡ ਟਾਈਮ ਹੋਮ ਬਾਇਰ ਯੂ ਵਿਲ ਗੈਟ ਦੈਟ ਰੀਫਾਈਨੈਂਸਿੰਗ ਗ੍ਰਾਂਟ। ਆਈ ਡੋਂਟ ਨੋ, ਦਿਸ ਇਜ਼, ਮੈਨੇ ਕਹੀਂ ਪੇ ਸੁਣਾ ਥਾ, ਵੈਬਸਾਈਟ ਵਗੈਰਾ ਪੇ ਮੈਨੇ ਦੇਖਾ ਥਾ ਕਿ ਬੀ ਸੀ ਮੇ ਐਸਾ ਕੁਛ ਹੈ। ਸੋ ਇਫ ਸੀ ਕੈਨ ਐਕਸਪਲੇਨ ਇਜ਼ ਇਟ ਦੇਅਰ ਐਂਡ ਹਾਊ ਇਟ ਵਰਕ? ਓਕੇ, ਥੈਂਕ ਯੂ ਮੰਟੂ ਫਾਰ ਯੋਰ ਕੁਐਸਚਨ। ਸੋਨੀਆ, ਇਹ ਸਵਾਲ ਨਾ ਬਹੁਤ ਸਾਰੇ ਲੋਕਾਂ ਦੇ ਜ਼ਿਹਨ ਚ ਹੁੰਦਾ ਹੈ ਕਿ ਟਾਈਟਲ ਦੇ ਉੱਤੋਂ ਜਦੋਂ ਨਾਮ ਰਿਮੂਵ ਕਰਨ ਦੀ ਗੱਲ ਆਉਂਦੀ ਹੈ ਤਾਂ ਫਿਰ ਕੀ ਪ੍ਰੋਸੀਜਰ ਹੈ? ਹਾਂਜੀ ਜਸਮੀਨ, ਜਿਹੜਾ ਟਾਈਟਲ ਦੇ ਉੱਤੋਂ ਨਾਮ ਰਿਮੂਵ ਕਰਨਾ ਉਹ ਕਿਸੇ ਟਾਈਮ ਵੀ ਤੁਸੀਂ ਕਰ ਸਕਦੇ ਆ। ਜਿੱਦਾਂ ਹੁਣ ਇਹਨਾਂ ਨੇ ਐਗਜ਼ਾਮਪਲ ਦਿੱਤੀ ਕਿ ਹਸਬੈਂਡ ਵਾਈਫ ਟਾਈਟਲ ਤੇ ਹੈਗੇ ਆ, ਇਹਨਾਂ ਨੇ ਆਪਣਾ ਨਾਮ ਰਿਮੂਵ ਕਰਨਾ ਆ। ਪਹਿਲੀ ਗੱਲ, ਜਦੋਂ ਮੇਰੇ ਕੋਈ ਕਲਾਇੰਟ ਆ ਕੇ ਇਹ ਕਹਿੰਦਾ ਤਾਂ ਮੈਂ ਉਹਨਾਂ ਨੂੰ ਪੁੱਛਦੀ ਹਾਂ ਰੀਜ਼ਨ ਦੱਸੋ ਕਿ ਕਿਉਂ ਰਿਮੂਵ ਕਰਨਾ ਚਾਹੁੰਦੇ, ਤਾਂ ਜੋ ਅਸੀਂ ਉਹਨਾਂ ਨੂੰ ਐਡਵਾਈਸ ਕਰ ਸਕੀਏ ਕਿ ਇਹ ਬੈਟਰ ਹੈਗਾ ਕਿ ਨਹੀਂ। ਨਾਰਮਲੀ ਅਸੀਂ ਰੈਕਮੈਂਡ ਕਰਦੇ ਹਾਂ, ਸਪੈਸ਼ਲੀ ਜਿਹੜੀ ਪ੍ਰਾਇਮਰੀ ਰੈਜ਼ੀਡੈਂਸ ਹੁੰਦੀ ਜਿਸ ਘਰ ਵਿੱਚ ਤੁਸੀਂ ਰਹਿੰਦੇ ਆ, ਉਹ ਦੋਨਾਂ ਦੇ ਨਾਮ ਤੇ ਹੋਵੇ ਰਾਈਟ, ਤਾਂ ਜੋ ਕਿਸੇ ਇੱਕ ਦੀ ਡੈਥ ਹੋ ਜਾਵੇ ਤਾਂ ਦੂਸਰੇ ਨੂੰ ਪ੍ਰੋਬੇਟ ਦੇ ਥਰੂ ਜਾ ਕੇ ਨਾ ਕਰਨਾ ਪਵੇ, ਕੋਈ ਵਿਲ ਚੈਲੰਜ ਹੋ ਜਾਂਦੀ ਉਹ ਸਾਰਾ ਕੁਛ। ਸੋ ਜੇ ਤੁਸੀਂ ਦੋਨੋਂ ਟਾਈਟਲ ਤੇ ਜੋਇੰਟ ਟੈਨੈਂਟ ਹੈਗੇ, ਇੱਕ ਤਰੀਕਾ ਹੁੰਦਾ ਰਜਿਸਟਰ ਕਰਨ ਦਾ,
ਤਾਂ ਜਿਹੜਾ ਸਰਵਾਈਵਰ ਹੋਊਗਾ ਉਹਦੇ ਨਾਮ ਤੇ ਹੋ ਜਾਣਾ ਇੱਕ ਟ੍ਰਾਂਸਫਰ ਫਾਈਲ ਕਰਨ ਦੇ ਨਾਲ ਲੈਂਡ ਟਾਈਟਲਸ ਤੇ। ਜੇ ਤੁਸੀਂ ਇਕੱਲੇ ਹੈਗੇ ਆ, ਇੱਕ ਜਿੱਦਾਂ ਹੁਣ ਇੱਕ ਚਲੇ ਜਾਂਦੇ ਇਹਨਾਂ ਦੀ ਵਾਈਫ ਦਾ ਨਾਮ ਪਾ ਦਿੰਦੇ ਆ, ਉਹਨਾਂ ਨੂੰ ਕੁਛ ਹੋ ਜਾਂਦਾ ਆ ਤਾਂ ਫਿਰ ਉਹਦਾ ਪ੍ਰੋਸੈਸ ਕਾਫੀ ਲੰਬਾ ਆ, ਪ੍ਰੋਬੇਟ ਫੀਸ ਦੇਣੀ ਪੈਂਦੀ ਐਂਡ ਆਲ ਦੈਟ। ਸੋ ਹੋ ਸਕਦਾ ਕੋਈ ਵੈਲਿਡ ਰੀਜ਼ਨ ਹੋਵੇ ਇਹਨਾਂ ਤੋਂ ਟਾਈਟਲ ਤੋਂ ਰਿਮੂਵ ਕਰਨ ਦਾ। ਸੋ ਜੇ ਉਹ ਸਾਨੂੰ ਲੱਗਦਾ ਹੈ ਕਿ ਇਹਨਾਂ ਨੂੰ ਦੇਰ ਇਜ਼ ਅ ਵੈਲਿਡ ਰੀਜ਼ਨ ਇਹ ਕਰਨਾ ਚਾਹੁੰਦੇ ਆ ਔਰ ਦੇ ਸਟਿਲ ਇਨਸਿਸਟ ਕਿ ਨਹੀਂ ਕਰਨਾ ਹੀ ਕਰਨਾ ਹੈਗਾ ਆ। ਸੋ ਇੱਕ ਦੋ ਚੀਜ਼ਾਂ ਹੈਗੀਆਂ, ਟਾਈਟਲ ਤੋਂ ਤੁਸੀਂ ਰਿਮੂਵ ਹੋ ਸਕਦੇ ਆ ਕਿਉਂਕਿ ਇਹਨਾਂ ਦੀ ਦੋ ਤਿੰਨ ਕੰਸੀਡਰੇਸ਼ਨ ਦੇਖਣੀਆਂ ਪੈਂਦੀਆਂ ਆ। ਇੱਕ ਤਾਂ ਫਸਟ ਟਾਈਮ ਪ੍ਰੋਪਰਟੀ ਟ੍ਰਾਂਸਫਰ ਟੈਕਸ ਲੱਗਣਾ ਕਿ ਨਹੀਂ ਲੱਗਣਾ, ਰਾਈਟ। ਜੇ ਤਾਂ ਇਹਨਾਂ ਦੀ ਪ੍ਰਾਇਮਰੀ ਰੈਜੀਡੈਂਸ ਹੈਗੀ ਉਹਦੇ ਚ ਐਗਜ਼ੈਂਪਸ਼ਨ ਹੈਗੀ ਆ ਰਿਲੇਟਡ ਇੰਡੀਵਿਜੁਅਲਸ ਦੀ, ਇਹਨਾਂ ਦਾ ਆਪਸ ਵਿੱਚ ਹਸਬੈਂਡ ਵਾਈਫ ਦਾ, ਜੇ ਉੱਥੇ 6 ਮਹੀਨੇ ਹੋ ਗਏ ਇਹਨਾਂ ਨੂੰ ਰਹਿੰਦਿਆਂ ਨੂੰ ਤੇ ਦੋਨੋਂ ਕੈਨੇਡੀਅਨ ਸਿਟੀਜ਼ਨ ਪਰਮਨੈਂਟ ਰੈਜੀਡੈਂਟਸ ਹੈਗੇ ਆ ਇੱਥੇ ਇਨਕਮ ਟੈਕਸ ਪਰਪਸਿਸ ਲਈ ਕੈਨੇਡੀਅਨਸ ਹੈਗੇ ਆ, ਉਹਨਾਂ ਦੀ ਐਗਜ਼ੈਂਪਸ਼ਨ ਹੈਗੀ ਆ ਕਿ ਜੇ ਇਹਨਾਂ ਦੀ ਇਹ ਆਪਣੀ ਵਾਈਫ ਦੇ ਨਾਮ ਤੇ ਸਾਰਾ ਪ੍ਰੋਪਰਟੀ ਕਰ ਦਿੰਦੇ ਆ ਤਾਂ ਕੋਈ ਪ੍ਰੋਪਰਟੀ ਟ੍ਰਾਂਸਫਰ ਟੈਕਸ ਨਹੀਂ ਲੱਗਣਾ ਹੈਗਾ। ਪਰ ਜੇ ਕੋਈ ਥਰਡ ਪਾਰਟੀ ਹੋਵੇ, ਨਾ ਰਿਲੇਟਡ ਹੋਵੋ ਜਾਂ ਪ੍ਰਾਇਮਰੀ ਰੈਜੀਡੈਂਸ ਨਾ ਹੋਵੇ ਜਾਂ ਹੋਰ ਕੋਈ ਕੁਆਲੀਫਿਕੇਸ਼ਨ ਨਾ ਹੋਵੇ ਤਾਂ ਉੱਥੇ ਪ੍ਰੋਪਰਟੀ ਟ੍ਰਾਂਸਫਰ ਟੈਕਸ ਲੱਗਦਾ ਆ। ਤਾਂ ਦੂਸਰੀ ਗੱਲ ਤੁਸੀਂ ਇਹ ਵੀ ਦੇਖਣੀ ਆ ਕਿ ਜਿਹੜੀ ਬੈਂਕ ਨੇ ਤੁਹਾਨੂੰ ਲੋਨ ਦਿੱਤਾ ਹੋਇਆ ਆ, ਮੋਰਗੇਜ ਹੈਗੀ ਆ ਤੁਹਾਡੀ ਟਾਈਟਲ ਤੇ, ਜਦੋਂ ਤੁਸੀਂ ਟਾਈਟਲ ਦਾ ਨਾਮ ਕੱਢਿਆ ਉਹ ਮੋਰਗੇਜ ਦੀ ਬ੍ਰੀਚ ਹੋ ਗਈ ਆ। ਓਕੇ, ਰਾਈਟ। ਸੋ ਉਹ ਜਿਹੜੀ ਬੈਂਕ ਹੈਗੀ ਆ ਉਹ ਪੂਰਾ ਲੋਨ ਕਾਲ ਕਰ ਸਕਦੀ ਆ, ਠੀਕ ਹੈ, ਰਾਈਟ। ਸੋ ਇਹ ਕਨਸੀਡਰੇਸ਼ਨਸ ਹੁੰਦੀਆਂ ਆ ਜੀ। ਮੇਰੇ ਨਾਲ ਅਜੀਤ, ਦਲਜੀਤ ਜੀ, ਸਲਿੰਦਰ ਜੀ ਤੇ ਅਸ਼ੋਕ ਜੀ ਇੰਤਜ਼ਾਰ ਕਰ ਰਹੇ ਨੇ। ਤੁਹਾਡਾ ਕੋਈ ਵੀ ਸਵਾਲ ਹੋਵੇ 604-591-9311 6045919311। ਅਜੀਤ ਜੀ, ਦਲਜੀਤ, ਸਲਿੰਦਰ, ਅਸ਼ੋਕ, ਪਲੀਜ਼ ਹੋਲਡ ਔਨ। CKYE 89.1 ਐਂਡ 93.1 ਰੈਡ FM ਸ਼ਾਮਲ ਹੋ ਜੀ ਤੁਸੀਂ ਦ ਈਵਨਿੰਗ ਸ਼ੋਅ ਵਿੱਚ ਜੈਸਮਿਨ ਦੇ ਨਾਲ, ਤੇ ਗੱਲ ਕਰ ਰਹੇ ਹਾਂ ਅੱਜ ਰੀਅਲ ਇਸਟੇਟ ਬਾਰੇ। ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਮੇਰੇ ਨਾਲ ਫੋਨ ਲਾਈਨ ਤੇ ਅੱਜ ਮੌਜੂਦ ਨੇ ਵਿਰਕ ਵਿਆਸ ਐਂਡ ਐਸੋਸੀਏਟ ਲਾਇਰਸ ਤੋਂ ਸੋਨੀਆ ਵਿਰਕ, ਜਿਹੜੇ ਕਿ ਰੀਅਲ ਇਸਟੇਟ ਪ੍ਰੋਪਰਟੀ ਟ੍ਰਾਂਸਫਰ ਨਾਲ ਸੰਬੰਧਿਤ ਸਵਾਲਾਂ ਦੇ ਜਵਾਬ ਦੇ ਰਹੇ ਨੇ। ਮੇਰੇ ਨਾਲ ਕੁਝ ਕਾਲਰ ਇੰਤਜ਼ਾਰ ਕਰ ਰਹੇ ਨੇ, ਤੁਸੀਂ ਵੀ ਫੋਨ ਕਰਨਾ ਚਾਹੋ ਤਾਂ 604-591-9311 ਤੇ ਕਾਲ ਕਰ ਸਕਦੇ ਹੋ। ਸੋਨੀਆ, ਆਪਾਂ ਅਗਲੇ ਕਾਲਰ ਲੈਨੇ ਆ। ਅਜੀਤ ਜੀ ਹਨ ਮੇਰੇ ਨਾਲ ਲਾਈਨ ਤੇ। ਹਾਂਜੀ ਅਜੀਤ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮੈਂ ਇਸ ਤੇ ਮੇਰਾ ਕੁਐਸਚਨ ਜੀ ਏਦਾਂ ਵੀ, ਜਿਦਾਂ ਮੇਰੇ ਕੋਲ ਜ਼ਮੀਨ ਹੈ ਇੰਡੀਆ ਦੇ ਵਿੱਚ, ਓਕੇ, ਮੇਰੇ ਕੋਲ 30 ਲੱਖ ਦੀ ਹੋਣੀ ਤਕਰੀਬਨ, 1.5 ਕਿੱਲਾ, ਤੇ ਮੇਰਾ ਇੱਥੇ ਚਾਚੇ ਦਾ ਲੜਕਾ, ਮੇਰਾ ਭਰਾ ਆ ਇੱਥੇ ਸਰੀ ਦੇ ਵਿੱਚ, ਉਹਦਾ ਇੱਥੇ ਕੰਮ ਚੰਗਾ ਆ ਤੇ ਉਹ ਮਤਲਬ ਸਟੋਰ ਆ ਉਹਦਾ ਆਪਣਾ, ਤੇ ਅਸੀਂ ਕੋਈ ਘਰ ਲੈਣਾ ਚਾਹੁੰਦੇ ਛੋਟਾ ਜੀ, ਵੀ ਜਿੱਦਾਂ ਹਕਾਂਡੋ ਅਪਾਰਟਮੈਂਟ, ਉਹ ਮੈਨੂੰ ਕਹਿੰਦਾ ਆਪਾਂ ਇੱਕ ਵੱਡਾ ਘਰ ਲੈ ਲਈਏ, ਉਹਦੇ ਵਿੱਚ ਤੁਸੀਂ ਪਾਰਕਿੰਗ ਪੂਰਕਿੰਗ ਵਧੀਆ ਹੋਊਗੀ, ਤੇ ਮੈਂ ਤੁਹਾਡੇ ਨਾਲ ਅੱਧਾ ਵਧੀਆ ਕਰ ਲੈਂਦੇ ਹਾਂ ਘਰ, ਤੇ ਉੱਧਰ ਜਿਹੜੇ ਮੇਰੇ ਪੈਸੇ ਆ ਭੈਣ ਜੀ, ਉਹ ਜਿਹੜੇ ਮੇਰੇ ਪੈਸੇ ਉਹ ਉੱਧਰੋਂ ਕਹਿੰਦਾ ਮੈਂ ਉੱਧਰ ਮੈਂ ਜ਼ਮੀਨ ਰੱਖ ਲੈਂਦਾ ਆ। ਅੱਛਾ, ਉਹ ਜ਼ਮੀਨ ਉੱਥੇ ਰੱਖ ਲੈਂਦਾ ਆ, ਤੇ ਉਹ ਇੱਥੇ ਮੇਰੇ ਪਾਉਂਦਾ, ਉਹ ਕਿਹੜੇ ਤਰੀਕੇ ਨਾਲ ਪਾਊਗਾ ਪੈਸੇ ਪੂਰਾ? ਉਹ ਕਹਿੰਦਾ ਮੇਰੇ ਕੋਲ ਪੈਸੇ ਹੈਗੇ, ਮੈਂ ਤੇਰੇ ਡਾਊਨ ਪੇਮੈਂਟ ਤੇਰਾ ਵੀ ਕਰੂੰਗਾ, ਮੈਂ ਆਪਣਾ ਵੀ ਕਾਫੀ। ਜੀ ਸੋਨੀਆ। ਹਾਂਜੀ ਜੈਸਮਿਨ, ਇਹਨਾਂ ਨੂੰ ਇਹ ਚੀਜ਼ ਬਹੁਤ ਧਿਆਨ ਨਾਲ ਕਰਨੀ ਪੈਣੀ ਆ। ਕੱਲ ਨੂੰ ਇੱਕ ਤਾਂ ਪਹਿਲਾਂ ਜ਼ਰੂਰੀ ਹੁੰਦਾ, ਆਪਣੀ ਕਮਿਊਨਿਟੀ ਚ ਬਹੁਤ ਕਾਰੀ ਏਦਾਂ ਦੀਆਂ ਚੀਜ਼ਾਂ ਹੁੰਦੀਆਂ ਆ। ਸੋ ਜਿਹੜੀ ਇੰਡੀਆ ਦੇ ਲਾਅ ਬਾਰੇ ਤਾਂ ਮੈਂ ਸਲਾਹ ਨਹੀਂ ਦਊਂਗੀ ਕਿਉਂਕਿ ਮੈਂ ਉੱਥੇ ਪ੍ਰੈਕਟਿਸ ਨਹੀਂ ਕਰਦੀ। ਸੋ ਜਿਹੜਾ ਇੱਥੇ ਦਾ ਕਾਨੂੰਨ ਹੈ, ਸੋ ਜਦੋਂ ਤੁਸੀਂ ਇੱਥੇ ਘਰ ਲੈਣਾ ਆ, ਸੋ ਇੱਕ ਅਗਰੀਮੈਂਟ ਕਰਨਾ ਬਹੁਤ ਜ਼ਰੂਰੀ ਆ। ਓਕੇ, ਕਿ ਤੁਸੀਂ ਆ ਜੋ ਮੈਨੂੰ ਇਹਨਾਂ ਨੇ ਵਰਬਲੀ ਦੱਸਿਆ ਕਿ ਲਿਖਿਆ ਹੋਵੇ ਕਿਤੇ, ਠੀਕ ਹੈ, ਰਾਈਟ। ਥੋੜਾ ਜਿਹਾ ਇੰਡੀਆ ਦੇ ਕਾਨੂੰਨ ਦੇ ਹਿਸਾਬ ਨਾਲ ਵੀ ਪੁੱਛ ਲਓ ਕਿ ਠੀਕ ਹੈਗਾ ਕਿ ਨਹੀਂ ਹੈਗਾ, ਰਾਈਟ। ਔਰ ਦੂਸਰਾ ਉੱਥੇ ਰੱਖਣਾ, ਉੱਥੇ ਜਿਹੜਾ ਵੀ ਪ੍ਰੋਸੀਜਰ ਹੁੰਦਾ ਉਹਨਾਂ ਨੇ ਕਿੱਦਾਂ ਕਰਨਾ ਹੈਗਾ ਆ। ਸੋ ਦੂਸਰਾ ਇੱਥੇ ਲਿਖਣਾ ਜ਼ਰੂਰੀ ਹੈ ਕਿ ਇੱਦਾਂ ਉਹਨਾਂ ਨੇ ਇਹਦੀ ਕੰਸੀਡਰੇਸ਼ਨ, ਜਿਹੜੇ ਇੱਥੇ ਪੈਸੇ ਪਾਏ ਇਹਨਾਂ ਦੇ ਆ, ਕਿਉਂਕਿ ਜੇ ਉਹ ਨਹੀਂ ਲਿਖਦੇ ਪ੍ਰੋਪਰਲੀ, ਕੱਲ ਨੂੰ ਉਹ ਕਲੇਮ ਕਰ ਸਕਦੇ ਕਿ ਸਾਰੇ ਪੈਸੇ ਤਾਂ ਮੇਰੇ ਸੀਗੇ, ਭਾਵੇਂ ਇਹਨਾਂ ਦਾ ਨਾਮ ਮੈਂ ਟਾਈਟਲ ਤੇ ਪਾ ਦਿੱਤਾ ਆ, ਓਕੇ, ਸਾਰੇ ਪੈਸੇ ਮੇਰੇ ਸੀਗੇ, ਤਾਂ ਇਹਨਾਂ ਦਾ ਹੱਕ ਨੀ ਬਣਦਾ ਪ੍ਰੋਪਰਟੀ ਤੇ। ਸੋ ਇਸ ਲਈ ਉਹ ਜਿਹੜਾ ਡਾਕੂਮੈਂਟ ਕਰਨਾ, ਪ੍ਰੋਪਰ ਵਕੀਲ ਕੋ ਜਾ ਕੇ ਲਿਖਾਉਣਾ, ਜਿਹੜੇ ਤੁਸੀਂ ਥੋੜੇ ਕੁਝ ਫਿਊ ਥਾਊਜ਼ੈਂਡ ਡਾਲਰ ਹੁਣ ਖਰਚੋਗੇ ਨਾ, ਇਹ ਤੁਹਾਨੂੰ ਬਹੁਤ ਜ਼ਿਆਦਾ ਪੈਸੇ ਬਚਾਓਗੇ ਇਨ ਦਾ ਫਿਊਚਰ, ਟਰਸਟ ਮੀ ਔਨ ਦੈਟ। ਦੂਸਰੀ ਗੱਲ, ਜਦੋਂ ਤੁਸੀਂ ਪ੍ਰੋਪਰਟੀ ਲੈਣੀ ਆ, ਮੇਕ ਸ਼ੋਰ ਕਰਿਓ ਕਿ ਤੁਹਾਡਾ ਟਾਈਟਲ ਤੇ ਨਾਮ ਜਾਂਦਾ ਆ ਤੇ ਕਿੱਦਾਂ ਜਾਂਦਾ ਆ, ਉਹ ਜ਼ਰੂਰੀ ਹੈ। ਸੋ ਜਿੱਦਾਂ ਟਾਈਟਲ ਤੇ ਨਾਮ ਦੋ ਤਰ੍ਹਾਂ ਪਾ ਸਕਦੇ ਆ ਤੁਸੀਂ, ਜੁਆਇੰਟ ਟੈਨੈਂਟ ਤੇ ਟੈਨੈਂਟਸ ਇਨ ਕਾਮਨ। ਓਕੇ, ਸੋ ਜਿਹੜਾ ਜੁਆਇੰਟ ਟੈਨੈਂਟ ਹੁੰਦਾ ਆ ਉਹਦੇ ਵਿੱਚ ਰਾਈਟ ਆਫ ਸਰਵਾਈਵਰਸ਼ਿਪ, ਜਿੱਦਾਂ ਜੈਸਮਿਨ ਜੇ ਆਪਾਂ ਦੋਨਾਂ ਨੇ ਘਰ ਲੈਣਾ ਹੋਵੇ, ਸੋ ਆਪਾਂ ਜੇ ਜੁਆਇੰਟ ਟੈਨੈਂਟ ਕਰ ਲਈਏ, ਮੈਨੂੰ ਕੁਛ ਹੋ ਜਾਵੇ, ਮੇਰੀ ਜਿੱਦਾਂ ਡੈਥ ਹੋ ਜਾਵੇ, ਤਾਂ ਉਹ ਪ੍ਰੋਪਰਟੀ ਤੁਹਾਡੇ ਨਾਮ ਤੇ ਇੱਕ ਫਾਈਲ, ਇੱਕ ਟ੍ਰਾਂਸਫਰ ਫਾਈਲ ਕਰਨ ਦੇ ਨਾਲ ਹੋ ਜਾਣੀ ਆ ਜੁਆਇੰਟ ਟੈਨੈਂਟਸ ਦੇ ਵਿੱਚ।
हां जी जिहड़ा टेनेंट्स इन कॉमन है ओदे विच जे आपां लैने आ चलो मेरी 25% सी तुहाडी 75% सी जदों मेरी डेथ हुंदी है तां ओह जिहड़ी प्रॉपर्टी मेरी 25% ना मेरी फैमिली नूं जाऊगी ओके राइट ओह तुहानूं नहीं जाऊगी सो इह जिहड़ा जिहड़ा स्लाइट जिहा डिफरेंस आ इह भी बहुत जरूरी है पहलों तां इह मेक श्योर करन कि इहनां दा नाम टाइटल ते जावे मोर्गेज ते भी जाना पैणा आ ओह सारा एग्रीमेंट लिखना पैणा कि जे इहनां दी ऑलरेडी दित्ती होई है डाउन पेमेंट ही दे रहे हैं कि सारी शेयर दे रहे हैं उस प्रॉपर्टी का फिर टाइटल ते उन्होंने किद्दां रजिस्टर करना है ओह जी आई थिंक सोनिया ओ कुछ कहना चाहंदे आ उन्होंने गल सुनदे आ हां जी अजीत जी हां जी ओ मेनू मेरे विचों कट गया जी मैं ओ करा कि ना जी मतलब मेरे केड़े तरीके दा मैं तरीका दस दो फिर उस हिसाब दा मैं ना हां जी अजीत जी तुहानू इह इह लंबा सवाल है दा जवाब इक नहीं हैगा मैं तुहानू इन्नी जरूर सलाह दूंगी कि जेड़े भी वकील को जाओ थोड़ा बहुत खर्चा होना सानू अपॉइंटमेंट बना के वकील दे नाल बैठ के ओ स्ट्रक्चर प्लान करूंगे ओ अग्रीमेंट लिखूंगे फिर इह परचेज करनी आ तुसीं ठीक है जी ठीक है जी असीं चंगे वकील को जाके जिहड़ा भी इस काम दे विच मार होगा दूसरा जिदा साडा हसबैंड और वाइफ दे नाम ते हैगा ते बच्चियां दे नाम ते विल करा लेनी चाहीदी आ जी अशोक जी सोनिया तो पुछदे आ तुहाडे दोनों सवालां दे जवाब हां जी सोनिया हां जी इन्हां ने जदों घर खरीद लिया सीगा जदों बाय इन्हां ने कर चुकी है कि करना है अशोक जी तुसी घर बाय कर लिया होया हां जी कर लिया जी ओके हां जी जदों तुसी बाय कीता सीगा तां उदों जिहड़े भी लॉयर नोटरी नूं तुसी हायर कीता सी उन्हां ने लीन्स चेक कीतियां होणियां आ पर कदी भी तुसी दोबारा चेक करना चाहुंदे आ अपने टाइटल नूं तां तुसी टाइटल सर्च पुल करा लो कोई भी लॉयर नोटरी पुल कर सकदा आ ओह सो उन्होंने छोटी जी अमाउंट लोगे कोई तो फिर टाइटल पुल कर दोगे तुम देख सकते हो टाइटल से कुछ है नहीं गा की है गा या जो भी है सो दूसरी गल जी थोड़ी सी कि थोड़े हसबेंड एंड वाइफ के नाम से प्रॉपर्टी हैगी है यह बहुत जरूरी है कि जो थोड़े बच्चे स्पेशली जो माइनर है कि तुसी वसीयत बनाओ राइट कि भावें थोड़े को प्रॉपर्टी है या नहीं है वह तो रिगार्डलैस बनानी चाहिए है सो जिहड़ी वसीयत इसलिए जरूरी है क्योंकि जे स्पेशली थोड़े बच्चे माइनर आ एक तो तुसी उन्हां नूं सारा कुछ अपनी जो भी थोड़ी जायदाद हैगी अपने पहलों हसबैंड वाइफ एक दूसरे नूं दोगे फिर बच्चियां नूं दोगे फिर जो बच्चा नहीं हैगा कोई तो ओहदे बच्चियां नूं देना क्योंकि तुसी लॉन्ग टर्म प्लान करना है इहदे विच सब तो वड्डी गल इह है कि जिहड़ा तुसी ट्रस्टी एग्जैक्यूटर अपॉइंट करके जाने आ तुसी उन्हां नूं बहुत केयरफुली पिक करना आ ते उन्हां ने थोड़े बच्चियां दा शेयर ट्रस्ट विच रखना है तो ओह वेल दे विच ट्रस्ट भी बनाया जाऊगा कि जब तक वो किसी उम्र तक 19 साल की उम्र एज ऑफ मेजोरिटी होंदी है पर नॉर्मली तुसी पुश करदे आ कि थोड़े सियाने हो जाए जब तक उन्होंने मिलन जिदा 26-27 साल 28 साल की उम्र तक सो बेस्ट यह है कि तुसी वेल तो डेफिनेटली बनाओ ओहदे विच ट्रस्ट भी बना के जाओ कि तुहाडे बच्चों नूं केड़ी उम्र से प्रॉपर्टी मिलेगी जो मिलेगी क्योंकि जो 19 साल से दे दिने तो बहुत यंग होंगे बच्चे उन्होंने तो टाइटल बारे बहुत सवाल होंदे आ लोकां दे दिल च जिस तरह साडे कई कॉलर्स ने टाइटल सर्च कीता किद्दां कीता जावे लीन किस तरह पाउणी है बहुत सारे सवाल ने सारे सवालों के जवाब तो इस प्रोग्राम विच नहीं दिते जा सकते पर फिर भी तुहाडा कोई भी सवाल है 6045919311 मेरे नाल सुरजीत जी सिलेंदर जी दलजीत जी इंतजार कर रहे ने प्लीज होल्ड ऑन CKYE89.1 एंड 93.1 रेड FM शामिल हो जी तुसी दे इवनिंग शो विच जैसमिन दे नाल तुहाडे सवालों के जवाब दे रहे ने सोनिया विर्क तुहाडा रियल एस्टेट संबंधी कोई भी सवाल है तो तुसी फोन कर सकते हो सानू 6045919311 बहुत सारे कॉलर्स मेरे नाल इंतजार कर रहे ने उन्हां दी गल सुनदे आ सिलेंदर जी मेरे नाल ने सोनिया उन्हां दा सवाल सुनदे आ हां जी सिलेंदर सत श्री अकाल जी हां जी मेरा क्वेश्चन ए आ वी जिदा हस्बैंड वाइफ दे ना एक प्रॉपर्टी हैगी रह रहे आ हो राइट दोनों दा टाइटल ते ना आ ओके ते एक रेंटल प्रॉपर्टी आ उत्ते भी टाइटल ते ना दोनों दा ही आ ते सपोज जे किसी एक नु कुछ हो जांदा ते वसीयत वगैरह नहीं कीती हुई तो ओदा की हुंदा आ फिर जी जी सोनिया हां जी
ਜਸਮੀਨ ਇਹ ਜਿਹੜਾ ਕੁਐਸਚਨ ਹੈਗਾ ਆ ਸੋ ਇਹ ਵਿਲ ਦੇ ਅੰਡਰ ਆ ਜਾਂਦਾ ਹੈ ਮੋਸਟਲੀ ਪਰ ਡਿਪੈਂਡ ਕਰਦਾ ਕਿ ਟਾਈਟਲ ਰਜਿਸਟ੍ਰੇਸ਼ਨ ਕਿੱਦਾਂ ਕੀਤੀ ਹੈਗੀ ਆ ਸੋ ਉਹ ਜਿੱਦਾਂ ਮੈਂ ਸ਼ੁਰੂ ਚ ਕਿਹਾ ਸੀ ਕਿ ਉਹ ਬਹੁਤ ਇੰਪੋਰਟੈਂਟ ਹੈ ਜੇ ਤਾਂ ਜੁਆਇੰਟ ਟੈਨੈਂਟ ਕੀਤੀ ਹੈਗੀ ਆ ਰਾਈਟ ਫਿਰ ਤਾਂ ਹਸਬੈਂਡ ਨੂੰ ਕੁਛ ਹੁੰਦਾ ਤਾਂ ਵਾਈਫ ਨੂੰ ਇੱਕ ਟਾਈਟਲ ਟ੍ਰਾਂਸਫਰ ਦੇ ਨਾਲ ਹੋ ਜਾਣਾ ਐਂਡ ਮੋਸਟ ਲਾਈਕਲੀ ਜੁਆਇੰਟ ਟੈਨੈਂਟ ਹੋਊਗੀ ਕਿਉਂਕਿ ਜ਼ਿਆਦਾਤਰ ਹਸਬੈਂਡ ਵਾਈਫ ਵਿੱਚ ਅਸੀਂ ਟੈਨੈਂਟਸ ਇਨ ਕਾਮਨ ਬਹੁਤ ਰੇਅਰ ਕਰੀਦਾ ਆ ਰਾਈਟ ਸੋ ਜੇ ਜੁਆਇੰਟ ਟੈਨੈਂਟ ਹੈਗੀ ਆ ਸੋ ਦੈਨ ਯੂ ਸ਼ੁਡ ਬੀ ਏਬਲ ਟੂ ਤੁਸੀਂ ਜਾ ਕੇ ਕਿਸੇ ਲੋਇਰ ਨੋਟਰੀ ਨੂੰ ਮਿਲ ਲਓ ਐਂਡ ਦੈਨ ਦੇ ਸ਼ੁਡ ਬੀ ਏਬਲ ਟੂ ਇੱਕ ਫਾਈਲਿੰਗ ਦੇ ਨਾਲ ਉਹ ਟ੍ਰਾਂਸਫਰ ਕਰ ਸਕਦੇ ਆ ਜੇ ਟੈਨੈਂਟਸ ਇਨ ਕਾਮਨ ਹੋ ਜਾਂਦੀ ਆ ਫਿਰ ਜੇ ਵਸੀਅਤ ਨਹੀਂ ਵੀ ਹੈਗੀ ਤਾਂ ਫਿਰ ਵੀ ਪ੍ਰੋਵਾਈਡ ਦੇ ਪ੍ਰੋਸੈਸ ਦੇ ਥਰੂ ਜਾਣਾ ਆ ਸੋ ਫਿਰ ਅਕੋਰਡਿੰਗ ਟੂ ਲਾਅ ਡਿਸਟ੍ਰੀਬਿਊਟ ਹੋਣੀ ਆ ਕਿ ਕਾਨੂੰਨ ਦੇ ਹਿਸਾਬ ਨਾਲ ਆ ਕਿ ਕਿੰਨੀ ਵਾਈਫ ਨੂੰ ਮਿਲਣੀ ਆ ਤੇ ਜੇ ਉਹਨਾਂ ਦੇ ਬੱਚੇ ਹੈਗੇ ਆ ਉਹਨਾਂ ਨੂੰ ਕਿੰਨਾ ਮਿਲਣਾ ਆ ਫਿਰ ਉਸ ਹਿਸਾਬ ਨਾਲ ਡਿਸਟ੍ਰੀਬਿਊਟ ਹੋਊਗੀ ਜੇ ਉਹਨਾਂ ਦਾ ਸ਼ੇਅਰ ਟੈਨੈਂਟਸ ਇਨ ਕਾਮਨ ਹੈ ਤਾਂ ਉਹਨਾਂ ਤੋਂ ਵਿਲ ਨਹੀਂ ਹੈਗੀ ਓਕੇ ਸੁਰਜੀਤ ਸਿੰਘ ਜੀ ਸਾਡੇ ਨਾਲ ਨੇ ਹਾਂਜੀ ਸੁਰਜੀਤ ਸਿੰਘ ਜੀ ਸੁਰਜੀਤ ਜੀ ਤੁਸੀਂ ਔਨ ਏਅਰ ਹੋ ਹੈਲੋ ਸੁਰਜੀਤ ਜੀ ਦੀ ਲਾਈਨ ਕੱਟ ਗਈ ਹੈ ਸੰਕੇਤ ਮੇਰੇ ਨਾਲ ਨੇ ਹਾਏ ਸੰਕੇਤ ਹਾਏ ਹਾਊ ਆਰ ਯੂ ਆਈ ਐਮ ਗੁੱਡ ਹਾਊ ਆਰ ਯੂ ਆਈ ਐਮ ਫਾਈਨ ਥੈਂਕ ਯੂ ਆਈ ਜਸਟ ਹਰਡ ਦੈਟ ਦ ਫਸਟ ਕੁਐਸਚਨ ਜੋ ਲੋਕ ਪੀ ਆਰ ਹੈ ਯਾ ਸਿਟੀਜ਼ਨ ਹੈ ਔਰ ਜੋ ਪੀ ਐਨ ਪੀ ਬੀਸੀ ਪੀ ਐਨ ਪੀ ਸੇ ਹੈ ਤੋ ਵੋ ਬਿਨਾ ਜ਼ਿਆਦਾ ਟੈਕਸ ਕੇ ਘਰ ਲੈ ਸਕਤੇ ਹੈ ਯਹਾਂ ਪਰ ਓਕੇ ਸੋਨੀਆ ਹਾਂਜੀ ਸੋ ਜਿਹੜਾ ਰੂਲ ਹੈਗਾ ਜਸਮੀਨ ਉਹ ਇਹ ਹੈਗਾ ਕਿ ਜਿਹੜੇ ਫੋਰਨ ਨੈਸ਼ਨਲਸ ਆ ਉਹਨਾਂ ਨੂੰ ਜਿਹੜਾ ਨਾਰਮਲ ਪ੍ਰੋਪਰਟੀ ਟ੍ਰਾਂਸਫਰ ਟੈਕਸ ਹੈ ਉਹਦੇ ਤੋਂ ਉੱਪਰ 20% ਟੈਕਸ ਦੇਣਾ ਪੈਣਾ ਆ ਰਾਈਟ ਬਟ ਜਿਹੜੇ ਜਿਹੜੇ ਕੈਨੇਡੀਅਨ ਸਿਟੀਜ਼ਨਸ ਹੈਗੇ ਪਰਮਾਨੈਂਟ ਰੈਜੀਡੈਂਟਸ ਹੈਗੇ ਆ ਜਾਂ ਜਿਹਨਾਂ ਕੋਲ ਵਰਕ ਪਰਮਿਟ ਹੈਗਾ ਆ ਬੀਸੀ ਪੀ ਐਨ ਪੀ ਪ੍ਰੋਗਰਾਮ ਦੇ ਥਰੂ ਉਹਨਾਂ ਨੂੰ ਉਹ ਦੇਣ ਦੀ ਜ਼ਰੂਰਤ ਨਹੀਂ ਹੈਗੀ 20% ਉਹਨਾਂ ਦਾ ਰੈਗੂਲਰ ਜਿਹੜਾ ਪ੍ਰੋਪਰਟੀ ਟ੍ਰਾਂਸਫਰ ਟੈਕਸ ਹੈ ਮੈਂ ਉਹ ਦੱਸ ਦਿੰਦੀ ਕਿੰਨਾ ਆ ਪਹਿਲੇ 2 ਲੱਖ ਤੇ 1% ਹੈ ਫਿਰ ਉਸ ਤੋਂ ਬਾਅਦ 2% ਆ 2 ਮਿਲੀਅਨ ਤੱਕ ਤੇ 3% ਆ ਉਸ ਤੋਂ ਬਾਅਦ ਰਾਈਟ ਐਂਡ ਪਰ ਜੇ ਉਹ ਰੈਜੀਡੈਂਸ਼ਲ ਪ੍ਰੋਪਰਟੀ ਹੈਗੀ ਆ ਤਾਂ 3 ਮਿਲੀਅਨ ਤੋਂ ਉੱਪਰ 5% ਹੋ ਜਾਂਦਾ ਆ ਰਾਈਟ ਸੋ ਜੇ ਉਹ ਫੋਰਨ ਨੈਸ਼ਨਲ ਹੈ ਇਸ ਟੈਕਸ ਤੋਂ ਇਨ ਐਡੀਸ਼ਨ ਟੂ ਦੈਟ ਉਹਨਾਂ ਨੂੰ 20% ਹੋਰ ਦੇਣਾ ਪੈਂਦਾ ਆ ਓਕੇ ਸੋਨੀਆ ਇੱਕ ਸਵਾਲ ਜਿਹੜਾ ਬਹੁਤ ਵਾਰੀ ਪੁੱਛਿਆ ਜਾਂਦਾ ਉਹ ਇਹ ਹੈ ਕਿ ਜੇ ਟਾਈਟਲ ਤੇ ਕਿਸੇ ਦਾ ਨਾਮ ਨਹੀਂ ਹੈ ਤਾਂ ਵੀ ਕੀ ਰਾਈਟ ਟੂ ਪ੍ਰੋਪਰਟੀ ਹੋ ਸਕਦਾ ਹਾਂਜੀ ਸੋ ਜਿਹੜਾ ਆਪਣਾ ਕਾਨੂੰਨ ਹੈਗਾ ਆ ਕਾਫੀ ਵਾਈਡ ਕੁਐਸਚਨ ਹੈ ਪਰ ਇੱਦਾਂ ਵੀ ਹੋ ਸਕਦਾ ਕਿ ਜੇ ਤੁਸੀਂ ਪ੍ਰੋਪਰਟੀ ਆਪਾਂ ਦੋਨਾਂ ਨੇ ਸਾਂਝੀ ਲੈਣੀ ਹੋਵੇ ਤਾਂ ਪਰ ਮੈਂ ਟਾਈਟਲ ਤੁਹਾਡੇ ਨਾਮ ਤੇ ਪਾ ਦਾਂ ਤੇ ਮੈਂ ਟਰਸਟ ਅਗਰੀਮੈਂਟ ਕਰ ਲਾਂ ਠੀਕ ਹੈ ਰਾਈਟ ਸਾਈਡ ਤੇ ਕਿ ਤੁਸੀਂ ਮੇਰੇ ਲਈ ਹੋਲਡ ਕਰਦੇ ਆ ਤਾਂ ਸੀ ਆਰ ਏ ਨੂੰ ਆਪਾਂ ਇਕੱਠੇ ਫਾਈਲ ਕਰੀ ਜਾਂਦੇ ਕਿ ਸਾਡੀ ਜੁਆਇੰਟ ਹੈ ਪਰ ਟਾਈਟਲ ਤੇ ਇੱਕ ਜਣੇ ਦਾ ਨਾਮ ਹੈਗਾ ਆ ਸੋ ਇਹ ਵੀ ਪੋਸੀਬਿਲਿਟੀ ਹੈਗੀ ਦੂਸਰੀ ਪੋਸੀਬਿਲਿਟੀ ਹੈਗੀ ਆ ਕਿ ਆਪਣੀ ਅੰਡਰਸਟੈਂਡਿੰਗ ਹੈ ਪਰ ਮੈਂ ਡਾਕੂਮੈਂਟ ਲਿਖਿਆ ਨਹੀਂ ਹੈਗਾ ਠੀਕ ਹੈ ਰਾਈਟ ਸੋ ਫਿਰ ਮੇਰਾ ਹੱਕ ਫਿਰ ਵੀ ਹੈਗਾ ਆ ਆਈ ਜਸਟ ਹੈਵ ਟੂ ਟੇਕ ਯੂ ਟੂ ਕੋਰਟ ਟੂ ਪ੍ਰੂਵ ਇਟ ਰਾਈਟ ਔਰ ਤੀਸਰਾ ਇਹ ਹੈਗਾ ਜਿੱਦਾਂ ਸਪਾਊਸਿਸ ਹੁੰਦੇ ਆ ਜਾਂ ਹਸਬੈਂਡ ਜਾਂ ਵਾਈਫ ਉਹਨਾਂ ਚੋਂ ਇੱਕ ਦੇ ਨਾਮ ਤੇ ਘਰ ਆ ਪਰ ਦੋਨੋਂ ਰਹੀ ਜਾਂਦੇ ਆ ਸਾਰਾ ਕੁਛ ਫੋਰ ਵਟ ਐਵਰ ਰੀਜ਼ਨ ਦੂਸਰੇ ਪਰਸਨ ਦਾ ਨਾਮ ਨਹੀਂ ਹੈਗਾ ਟਾਈਟਲ ਤੇ ਔਰ ਉਹਨਾਂ ਦੇ ਮੈਟ੍ਰੀਮੋਨੀਅਲ ਰਾਈਟਸ ਹੁੰਦੇ ਆ ਹੋਰ ਰਾਈਟਸ ਹੁੰਦੇ ਆ ਸੋ ਇਹ ਹੈਗੀ ਆ ਪੋਸੀਬਿਲਿਟੀ ਕਿ ਜੇ ਤੁਹਾਡਾ ਨਾਮ ਟਾਈਟਲ ਤੇ ਨਹੀਂ ਹੈਗਾ ਫਿਰ ਵੀ ਤੁਹਾਡਾ ਕੋਈ ਰਾਈਟ ਹੋਵੇ ਉਸ ਪ੍ਰੋਪਰਟੀ ਆਪਣੀ ਕਮਿਊਨਿਟੀ ਚ ਬਹੁਤ ਕਾਮਨ ਕਲੇਮ ਹੈਗਾ ਆ ਕਿ ਜਿੱਦਾਂ ਇਨ ਲਾਸ ਦੀ ਪ੍ਰੋਪਰਟੀ ਹੁੰਦੀ ਆ ਰਾਈਟ ਮੁੰਡੇ ਦੇ ਪੇਰੈਂਟਸ ਦੇ ਨਾਮ ਤੇ ਪ੍ਰੋਪਰਟੀ ਆ ਮੁੰਡਾ ਤੇ ਉਹਦੀ ਵਾਈਫ ਨਾਲ ਰਹਿ ਰਿਹਾ ਉਹਨਾਂ ਆਪਸ ਚ ਡਿਵੋਰਸ ਹੋ ਰਿਹਾ ਤਾਂ ਵਾਈਫ ਨੇ ਪ੍ਰੋਪਰਟੀ ਤੇ ਵੀ ਕਲੇਮ ਕਰਤਾ ਓਕੇ ਸੋਨੀਆ ਹੋਰ ਸਵਾਲ ਲਵਾਂਗੇ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਤੁਹਾਡਾ ਕੋਈ ਵੀ ਸਵਾਲ ਹੈ ਸੋਨੀਆ ਵਿਰਕ ਤੁਹਾਡੇ ਰੀਅਲ ਅਸਟੇਟ ਸੰਬੰਧੀ ਸਵਾਲਾਂ ਦੇ ਜਵਾਬ ਦੇ ਰਹੇ ਨੇ 6045919311 CKYE 89.1 and 93.1 ਰੈਡ ਐਫ ਐਮ ਦ ਈਵਨਿੰਗ ਸ਼ੋਅ ਵਿੱਚ ਸ਼ਾਮਲ ਹੋ ਜੀ ਤੁਸੀਂ ਜੈਸਮਿਨ ਦੇ ਨਾਲ ਮੇਰੇ ਨਾਲ ਫੋਨ ਲਾਈਨ ਤੇ ਅੱਜ ਮੌਜੂਦ ਨੇ ਵਿਰਕ ਵਿਆਸ ਐਂਡ ਐਸੋਸੀਏਟ ਲਾਇਰਸ ਤੋਂ ਸੋਨੀਆ ਵਿਰਕ ਇਹਨਾਂ ਨੂੰ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਰੀਅਲ ਅਸਟੇਟ ਵੈਲਸ ਜਾਂ ਅਸਟੇਟਸ ਦੇ ਕੇਸਿਸ ਦੇ ਵਿੱਚ ਮੁਹਾਰਤ ਹਾਸਲ ਹੈ ਤੇ ਅੱਜ ਵੀ ਰੀਅਲ ਅਸਟੇਟ ਬਾਰੇ ਕੁਝ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਸੋਨੀਆ ਮੇਰੇ ਨਾਲ ਨੇ ਸੋਨੀਆ ਆਪਾਂ ਅਗਲੇ ਕਾਰਨਰ ਲੈਂਦੇ ਹਾਂ ਬਲਰਾਜ ਸੇਖੋਂ ਜੀ ਸਾਡੇ ਨਾਲ ਨੇ ਇਹਨਾਂ ਦਾ ਸਵਾਲ ਸੁਣਦੇ ਹਾਂ ਹਾਂਜੀ ਬਲਰਾਜ ਜੀ ਭੈਣ ਜੀ ਉਹ ਇੱਕ ਨਾ ਪਹਿਲਾਂ 45,000 ਦੀ ਗੌਰਮੈਂਟ ਕਰਦੀ ਸੀ ਮਦਦ ਜਿਹੜਾ ਫਸਟ ਟਾਈਮ ਬਾਇਰ ਹੁੰਦਾ ਸੀ ਉਹ ਸਕੀਮ ਹੈਗੀ ਹੁਣ ਕਿ ਨਹੀਂ ਹੈਗੀ ਜੀ ਓਕੇ ਸੋਨੀਆ ਜੀ ਮੈਨੂੰ ਪਤਾ ਨਹੀਂ ਕਿਹੜੀ ਸਕੀਮ ਦੀ ਗੱਲ ਕਰ ਰਹੇ ਆ
ਜੀ ਜੀ ਉਹ ਸੀ ਸਕੀਮ ਵੀ 45,000 ਰੁਪਇਆ ਜਦੋਂ ਤੁਸੀਂ ਜੇ ਤੁਹਾਡੀ ਪੇ ਡਾਊਨ ਪੇਮੈਂਟ ਚੋਂ ਘਟਦਾ ਸੀ ਤਾਂ 45,000 ਦਿੰਦੇ ਸੀ ਜੋ 5 ਸਾਲ ਬਾਅਦ ਵਿਆਜ ਸਮੇਤ ਵਾਪਸ ਕਰਨਾ ਹੁੰਦਾ ਸੀਗਾ ਉਹ ਤੁਸੀਂ ਪਲੀਜ਼ ਮੋਰਗੇਜ ਬ੍ਰੋਕਰ ਨੂੰ ਪੁੱਛੋ ਜੀ ਉਹ ਉਹਨਾਂ ਤੋਂ ਇਨਫੋਰਮੇਸ਼ਨ ਹੁੰਦੀ ਆ ਉਹ ਵਾਲੀ ਫਾਈਲਿੰਗ ਆਪਣੇ ਅਕਾਊਂਟੈਂਟ ਜਾਂ ਮੋਰਗੇਜ ਬ੍ਰੋਕਰ ਨੂੰ ਪੁੱਛ ਸਕਦੇ ਆ ਸੋਨੀਆ ਨੂੰ ਪੁੱਛਦੇ ਹਾਂ ਜੀ ਸੋਨੀਆ ਸੋਨੀਆ ਤੁਹਾਡੀ ਆਵਾਜ਼ ਸਾਡੇ ਤੱਕ ਨਹੀਂ ਆ ਰਹੀ ਜੀ ਇਹਨਾਂ ਦਾ ਕੁਐਸਚਨ ਠੀਕ ਹੈ ਹੁਣ ਹਾਂਜੀ ਹਾਂਜੀ ਇਹਨਾਂ ਦਾ ਕੁਐਸਚਨ ਵੀ ਮੋਰਗੇਜ ਸਪੈਸ਼ਲਿਸਟ ਲਈ ਹੈ ਕਿ ਡਾਊਨ ਪੇਮੈਂਟ ਕਿੰਨੀ ਦੇਣੀ ਆ ਸੋ ਲੀਗਲੀ ਸਪੀਕਿੰਗ ਟੂ ਪਰਚੇਸ ਪ੍ਰੋਪਰਟੀ ਜਿਹੜੇ ਫਸਟ ਟਾਈਮ ਹੋਮ ਬਾਇਰਸ ਲਈ ਉਹ ਅਸੀਂ ਗ੍ਰਾਂਟ ਲਈ ਜਿਹੜੇ ਕੁਆਲੀਫਾਈ ਹੁੰਦੇ ਆ ਸੋਰੀ ਜਿਹੜੀ ਐਗਜ਼ੰਪਸ਼ਨ ਹੁੰਦਾ ਪ੍ਰੋਪਰਟੀ ਟ੍ਰਾਂਸਫਰ ਟੈਕਸ ਦੀ ਉਹਦੀ ਵੀ ਗੱਲ ਕਰ ਸਕਦੀ ਹਾਂ ਮੈਂ ਇਹਨਾਂ ਨਾਲ ਜਿਹੜਾ ਡਾਊਨ ਕਿੰਨੀ ਦੇਣੀ ਹੈ ਪਲੀਜ਼ ਆਪਣੇ ਮੋਰਗੇਜ ਸਪੈਸ਼ਲਿਸਟ ਨੂੰ ਪੁੱਛੋ ਕਿਉਂਕਿ ਲੋਇਰਸ ਡੋਨਟ ਡੀਲ ਵਿਦ ਦੈਟ ਜਿਹੜੀ ਫਸਟ ਟਾਈਮ ਹੋਮ ਬਾਇਰ ਦੀ ਐਗਜ਼ੰਪਸ਼ਨ ਹੈਗੀ ਆ ਉਹਦੇ ਲਈ ਇਹ ਜਿਹੜਾ ਪ੍ਰੋਪਰਟੀ ਟ੍ਰਾਂਸਫਰ ਟੈਕਸ ਕਾਫੀ ਬਚ ਜਾਂਦਾ ਡਿਪੈਂਡ ਕਰਦਾ ਆ ਕਿ ਕਿੰਨੇ ਦੀ ਪ੍ਰੋਪਰਟੀ ਲੈ ਰਿਹਾ ਸੋ ਜੇ ਪ੍ਰੋਪਰਟੀ ਦੀ ਵੈਲਿਊ 5 ਲੱਖ ਤੱਕ ਹੈਗੀ ਆ ਸੋ ਉਹਦੇ ਚ ਐਗਜ਼ੰਪਸ਼ਨ ਹੈਗੀ ਆ ਐਸ ਲੌਂਗ ਐਸ ਤੁਸੀਂ ਪਰਮਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨ ਐਟਲੀਸਟ 1 ਸਾਲ ਹੋ ਗਿਆ ਆ ਤੁਹਾਨੂੰ ਪੜ੍ਹੇ ਨੂੰ ਰਾਈਟ ਸੋ ਐਂਡ ਦੈਨ ਉਸ ਤੋਂ ਇਲਾਵਾ ਤੁਸੀਂ ਆਪਣੇ ਟੈਕਸਿਸ ਜਿੱਥੇ ਬੀਸੀ ਚ ਫਾਈਲ ਕੀਤੇ ਹੋਏ ਆ ਕਦੀ ਵੀ ਹੋਮ ਫਸਟ ਟਾਈਮ ਹੋਮ ਬਾਇਰ ਗ੍ਰਾਂਟ ਨਹੀਂ ਕਲੇਮ ਕੀਤੀ ਹੋਈ ਔਰ ਕਿਤੇ ਵੀ ਦੁਨੀਆ ਵਿੱਚ ਤੁਸੀਂ ਕੋਈ ਪ੍ਰੋਪਰਟੀ ਨਹੀਂ ਓਨ ਕੀਤੀ ਜਿਹੜੀ ਤੁਹਾਡੀ ਪ੍ਰਾਇਮਰੀ ਰੈਜ਼ੀਡੈਂਸ ਸੀਗੀ ਪਹਿਲਾਂ ਰਾਈਟ ਸੋ ਉਹ ਕੁਆਲੀਫਿਕੇਸ਼ਨ ਹੈਗੀਆਂ ਆ 5 ਲੱਖ ਤੱਕ ਫੁੱਲ ਐਗਜ਼ੰਪਸ਼ਨ ਹੈਗੀ ਆ 5,25,000 ਤੱਕ ਪਾਰਸ਼ਲ ਐਗਜ਼ੰਪਸ਼ਨ ਹੈਗੀ ਆ ਜੇ ਤੁਹਾਡੀ ਘਰ ਦੀ ਵੈਲਿਊ ਟੋਟਲ ਜਿਹੜੀ ਤੁਸੀਂ ਪ੍ਰੋਪਰਟੀ ਲੈਂਦੇ ਆ ਉਹਦੇ ਪਰਚੇਸ ਪ੍ਰਾਈਸ 5-25 ਤੋਂ ਉੱਪਰ ਆ ਤਾਂ ਫਿਰ 0 ਹੈ ਤੁਹਾਡੀ ਐਗਜ਼ੰਪਸ਼ਨ ਫਿਰ ਤੁਹਾਨੂੰ ਫੁੱਲ ਟੈਕਸ ਦੇਣਾ ਪੈਣਾ ਇਹ ਮੀਨਸ ਕਿ 5-25 ਤੱਕ ਦਾ ਐਗਜ਼ੰਪ ਤੇ ਉੱਪਰਲਾ ਟੈਕਸ ਦੇਣਾ ਕਾਫੀ ਲੋਕ ਇੱਦਾਂ ਸੋਚਦੇ ਆ 5-25 ਤੋਂ ਜੇ ਵੈਲਿਊ ਵੱਧਦਾ ਤਾਂ ਫੁੱਲ ਟੈਕਸ ਹੈ 5 ਲੱਖ ਤੱਕ ਫੁੱਲ ਐਗਜ਼ੰਪਸ਼ਨ ਆ 5 ਲੱਖ ਔਰ 5-25 ਦੇ ਵਿੱਚ ਵਿੱਚ ਪਾਰਸ਼ਲ ਐਗਜ਼ੰਪਸ਼ਨ ਆ ਜੀ ਅਗਲਾ ਸਵਾਲ ਲੈਨੇ ਆ ਸੰਕੇਤ ਮੇਰੇ ਨਾਲ ਨੇ ਹਾਂਜੀ ਸੰਕੇਤ ਹਾਂ ਸੋਰੀ ਕੁਐਸਚਨ ਸੇਮ ਹੀ ਹੈ ਕਿਉਂਕਿ ਜਬ ਆਪ ਰਿਪਲਾਈ ਕਰ ਰਹੇ ਥੇ ਤੋ ਫੋਨ ਮੇ ਆਵਾਜ਼ ਨਹੀਂ ਆ ਰਹੀ ਥੀ ਔਰ ਲਾਈਨ ਡਿਸਕਨੈਕਟ ਹੋ ਗਈ ਥੀ ਔਰ ਆਈ ਐਮ ਨੋਟ ਸੋ ਕੁਐਸਚਨ ਥਾ ਕਿ ਜੋ PNP ਥਰੂ ਹੈ ਤੋ ਉਨਕੋ ਵੀ ਟੈਕਸ ਕਾ ਜੋ ਫੀ ਰਿਪੀਟ ਕਰੇਂਗੇ ਤੋ ਮਿਹਰਬਾਨੀ ਹੋਗੀ ਹਾਂਜੀ PNP ਜੇ ਕਿਸੇ ਕੋ ਵਰਕ ਪਰਮਿਟ ਹੈਗਾ ਆ ਥਰੂ BC PNP they don't have to pay additional property transfer tax which is 20% on top of regular property transfer tax okay thank you so much ji sanket shukriya tade sawal layi soniya property transfer tax bare bhi lokan nu clarity nahi hai kaiyan nu what is a property transfer tax hai ki hai haan ji jasmine jehda property transfer tax hai jinni var bhi tusi property lenne ha purchase li ਪੰਜ ਪੱਚੀ ਤੱਕ ਪਾਰਸ਼ਲ ਆ ਉਸ ਤੋਂ ਬਾਅਦ ਕੋਈ ਐਗਜ਼ੰਪਸ਼ਨ ਨਹੀਂ ਜੇ ਤੁਸੀਂ 5-25 ਤੋਂ ਉੱਪਰ ਦਾ ਘਰ ਲੈਣੇ ਆ 525,000
ਡਾਲਰ ਤੋਂ ਉੱਪਰ ਦਾ ਘਰ ਲੈਣੇ ਆ ਤਾਂ ਉਹਦੇ ਚ ਕੋਈ ਐਗਜ਼ੈਂਪਸ਼ਨ ਨਹੀਂ ਹੈ। ਇਟ ਡਸਨਟ ਮੈਟਰ ਕਿ ਤੁਸੀਂ ਫਰਸਟ ਟਾਈਮ ਹੋਮ ਬਾਇਰ ਹੋ। ਹਾਂਜੀ, ਯੂ ਲੂਜ਼ ਇਟ ਐਟ ਦੈਟ ਪੁਆਇੰਟ। ਓਕੇ, ਜੇ ਇੱਕ ਵਾਰੀ ਘਰ ਲੈ ਲਿਆ ਤਾਂ ਫਿਰ ਤੁਹਾਡੀ ਲੂਜ਼ ਹੋ ਗਈ। ਜੇ ਇੱਕ ਵਾਰ ਤੁਸੀਂ ਘਰ ਲੈ ਲਿਆ ਜਿਹਦੇ ਵਿੱਚ ਤੁਸੀਂ ਪ੍ਰਾਈਮ ਜਿਹੜੀ ਤੁਹਾਡੀ ਪ੍ਰਾਈਮਰੀ ਰੈਜ਼ੀਡੈਂਸ ਸੀਗੀ, ਰਾਈਟ, ਜੇ ਰੈਂਟਲ ਪ੍ਰੋਪਰਟੀ ਲਈ ਸੀ ਜਾਂ ਕੋਈ ਕਮਰਸ਼ੀਅਲ ਪ੍ਰੋਪਰਟੀ ਲਈ ਸੀ, ਦੈਨ ਯੂ ਡੋਨਟ ਲੂਜ਼ ਇਟ। ਠੀਕ ਹੈ, ਪਰ ਜੇ ਤੁਹਾਡੀ ਪ੍ਰਾਈਮਰੀ ਰੈਜ਼ੀਡੈਂਸ ਹੋ ਗਈ ਉੱਥੇ ਲੂਜ਼ ਕਰ ਗਏ, ਜੇ ਭਾਵੇਂ ਉਹ ਇੰਟੀਰੀਅਰ ਚ ਘਰ ਸੀਗਾ ਤੁਹਾਡੀ, ਯੂ ਕੈਨ ਨਾਟ ਕਲੇਮ ਇਟ। ਜੀ, ਦੂਸਰਾ ਉਹਦਾ ਦੀ ਪਰਮਾਨੈਂਟ ਰੈਜ਼ੀਡੈਂਸ ਜਾਂ ਸਿਟੀਜ਼ਨ ਹੋਣਾ ਜ਼ਰੂਰੀ ਹੈ। ਓਕੇ, ਸੋਨੀਆ ਵਿਰਕ ਨਾਲ ਸਵਾਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਸੁਣਦੇ ਰਹਿਣਾ ਰੈਡ ਐਫ ਐਮ, CKYE 89.1 ਐਂਡ 93.1 ਰੈਡ ਐਫ ਐਮ, ਦਾ ਈਵਨਿੰਗ ਸ਼ੋਅ ਵਿੱਚ ਸ਼ਾਮਲ ਹੋ ਜੀ ਤੁਸੀਂ ਜੈਸਮਿਨ ਦੇ ਨਾਲ, ਤੇ ਮੇਰੇ ਨਾਲ ਮੌਜੂਦ ਨੇ ਅੱਜ ਸ਼ੋਅ ਵਿੱਚ ਵਿਰਕ ਵਿਆਸ ਐਂਡ ਐਸੋਸੀਏਟ ਲਾਇਰਸ ਤੋਂ ਫੇਮਸ ਵਕੀਲ ਸੋਨੀਆ ਵਿਰਕ, ਜਿਹੜੇ ਤੁਹਾਡੇ ਰੀਅਲ ਅਸਟੇਟ ਸੰਬੰਧੀ ਸਵਾਲਾਂ ਦੇ ਜਵਾਬ ਦੇ ਰਹੇ ਨੇ। ਸੋਨੀਆ, ਸਾਡੇ ਨਾਲ ਕੁਛ ਕਾਲਰ ਸ਼ਾਮਲ ਹੋਏ ਨੇ, ਉਹਨਾਂ ਦੀ ਗੱਲ ਸੁਣਦੇ ਹਾਂ। ਬਲਰਾਜ ਜੀ ਸਾਡੇ ਨਾਲ ਨੇ, ਹਾਂਜੀ ਬਲਰਾਜ ਜੀ। ਹਾਂਜੀ ਮੈਮ, ਮੇਰਾ ਕੁਐਸਚਨ ਸੀਗਾ ਜੀ, ਜਿੱਦਾਂ ਹੁਣ ਮੇਰੇ ਕੋਲ ਇੱਥੇ ਲੈਂਡ ਹੈਗੀ ਆ, ਮੈਂ ਇਨਵੈਸਟਮੈਂਟ ਵਾਸਤੇ ਬਾਈ ਕੀਤੀ ਸੀਗੀ ਜੀ, ਪਰ ਮੈਂ ਹਾਲੇ ਤੱਕ ਕੋਈ ਘਰ ਨਹੀਂ ਇੱਥੇ ਬਾਈ ਕੀਤਾ ਹੈਗਾ। ਓਕੇ, ਮੈਂ ਵਿਲ ਆਈ ਸਟਿਲ ਫਾਲ ਅੰਡਰ ਦਾ ਕੈਟੇਗਰੀ ਆਫ ਲਾਈਕ ਦਾ ਫਰਸਟ ਲਾਈਕ ਹੋਮ ਬਾਇਰ ਔਰ ਲਾਈਕ ਔਰ ਨਾਟ? ਹਾਂਜੀ ਸੋਨੀਆ। ਹਾਂਜੀ, ਜੇ ਤੁਸੀਂ ਲੈਂਡ ਬਾਈ ਕੀਤੀ ਸੀਗੀ ਉਹਦੇ ਤੇ ਰੈਜ਼ੀਡੈਂਸ ਨਹੀਂ ਸੀ, ਤੁਸੀਂ ਉਹਦੇ ਤੇ ਨਹੀਂ ਰਹੇ ਹੈਗੇ ਐਜ਼ ਯੋਰ ਪ੍ਰਾਇਮਰੀ ਰੈਜ਼ੀਡੈਂਸ, ਤੇ ਤੁਸੀਂ ਦੁਨੀਆ 'ਚ ਕਿਤੇ ਵੀ ਕੋਈ ਪ੍ਰੋਪਰਟੀ ਓਨ ਨਹੀਂ ਕੀਤੀ ਜਿਹਦੇ ਵਿੱਚ ਜਿਹੜੀ ਤੁਹਾਡੀ ਪ੍ਰਾਇਮਰੀ ਰੈਜ਼ੀਡੈਂਸ ਸੀਗੀ, ਤੁਸੀਂ ਸਿਟੀਜ਼ਨ ਜਾਂ ਪਰਮਾਨੈਂਟ ਰੈਜ਼ੀਡੈਂਟ ਹੋ, ਇੱਕ ਸਾਲ ਤੋਂ ਬੀਸੀ ਸਟੈਟਸ ਫਾਈਲ ਕਰ ਰਹੇ ਹਾਂ, ਐਂਡ ਤੁਹਾਡੀ ਇੰਟੈਂਸ਼ਨ ਹੈਗੀ ਆ ਕਿ ਤੁਸੀਂ ਘਰ ਬਾਏ ਕਰਕੇ ਉਹਦੇ 'ਚ ਵਿਦਿਨ 92 ਡੇਜ਼ ਮੂਵ ਹੋ ਜਾਣਾ ਤਾਂ ਪੂਰਾ ਸਾਲ ਰਹਿਣਾ ਉਸ ਤੋਂ ਬਾਅਦ, ਦੈਨ ਯੂ ਡੂ ਕੁਆਲੀਫਾਈ ਔਰ ਪਰਚੇਸ ਪ੍ਰਾਈਸ ਆਪਾਂ ਗੱਲ ਕਰ ਚੁੱਕੇ ਹਾਂ 5 ਲੱਖ ਤੋਂ 5-25 ਤੱਕ ਹੋਵੇ ਤਾਂ 5 ਲੱਖ ਤੱਕ ਫੁੱਲ ਐਗਜ਼ੈਂਪਸ਼ਨ, 5-25 ਤੱਕ ਪਾਰਸ਼ਲ, ਉਸ ਤੋਂ ਬਾਅਦ ਨਹੀਂ। ਸੋ ਦੋਜ਼ ਆਰ ਦ ਕੰਡੀਸ਼ਨ। ਜੀ ਬਲਰਾਜ, ਥੈਂਕ ਯੂ ਜੀ। ਸਰਜੀਤ ਸਿੰਘ ਮੇਰੇ ਨਾਲ ਨੇ, ਹਾਂਜੀ ਸਰਜੀਤ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ, ਮੈਂ ਇਹ ਕਨਫਰਮ ਕਰਨਾ ਸੀ, ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਨਾ ਕਿ ਜੇ ਜੁਆਇੰਟ ਟੈਨੈਂਟਸ ਦੇ ਹੋਵੇ ਟਾਈਟਲ ਤੇ ਆਟੋਮੈਟਿਕਲੀ ਜੇ ਇੱਕ ਬੰਦੇ ਦੀ ਡੈਥ ਹੋ ਜਾਵੇ ਇੱਕ ਓਨਰ ਦੀ ਤੇ ਉਹ ਦੂਸਰੇ ਨੂੰ ਸ਼ੇਅਰ ਚਲਾ ਜਾਂਦਾ ਜੀ, ਮੈਂ ਇਹ ਪੁੱਛਣਾ ਸੀਗਾ ਕਿ ਇਹਦੇ ਵਿੱਚ ਜੇ ਵਸੀਅਤ ਤੁਸੀਂ ਕਿਸੇ ਹੋਰ ਦੇ ਨਾਲ ਪਾਰਟੀਕੁਲਰਲੀ ਉਸ ਜਾਇਦਾਦਾਂ ਵਿੱਚ ਵੇਰਵਾ ਦੇ ਕੇ ਕਰ ਦਿੰਦੇ ਆ ਵਸੀਅਤ, ਤੇ ਉਹ ਕੰਮ ਕਰਦੀ ਹੈ ਜਾਂ ਨਹੀਂ ਕਰਦੀ? ਜੀ ਸਰਜੀਤ ਜੀ, ਆਪਾਂ ਸੋਨੀਆ ਤੋਂ ਤੁਹਾਡੇ ਸਵਾਲ ਦਾ ਜਵਾਬ ਪੁੱਛਦੇ ਹਾਂ। ਸੋਨੀਆ, ਆਈ ਥਿੰਕ ਜਿਹੜੀ ਤੁਸੀਂ ਪਹਿਲਾਂ ਵੀ ਗੱਲ ਕਹੀ ਹੈ ਨਾ ਜੁਆਇੰਟ ਟੈਨੈਂਟਸ ਤੇ ਟੈਨੈਂਟਸ ਇਨ ਕਾਮਨ ਦੀ, ਉਹਨੂੰ ਥੋੜਾ ਹੋਰ ਤੁਸੀਂ ਕਲੈਰੀਫਾਈ ਕਰ ਦਿਓ। ਹਾਂਜੀ, ਸੋ ਪਹਿਲੀ ਗੱਲ ਤਾਂ ਇਹਨਾਂ ਨੇ ਇੱਕ ਗੱਲ ਗਲਤ ਕਹੀ ਆ, ਆਟੋਮੈਟਿਕ ਟ੍ਰਾਂਸਫਰ ਨਹੀਂ ਹੁੰਦਾ, ਇੱਕ ਫਾਈਲ ਕਰਨਾ ਪੈਂਦਾ ਟ੍ਰਾਂਸਫਰ ਤਾਂ ਫਿਰ ਟ੍ਰਾਂਸਫਰ ਹੁੰਦਾ ਆ ਜੀ। ਸੋ ਜਿਹੜੀ ਇਹਨਾਂ ਨੇ ਕਿਹਾ ਆ ਕਿ ਜੇ ਵਸੀਅਤ ਵਿੱਚ ਉਹਦਾ ਵੇਰਵਾ ਲਿਖ ਕੇ ਉਹ ਕਿਸੇ ਹੋਰ ਨੂੰ ਦੇ ਜਾਣ, ਤੇ ਜਦੋਂ ਉਹ ਵਸੀਅਤ ਲਿਖ ਰਿਹਾ, ਜਿਹੜਾ ਵੀ ਵਕੀਲ ਨੋਥਰੀ ਉਹਨਾਂ ਦੀ ਵਸੀਅਤ ਲਿਖ ਰਿਹਾ ਆ, ਉਹਨਾਂ ਨੂੰ ਉਸ ਟਾਈਮ ਉਹਨਾਂ ਨੂੰ ਇਹ ਸਲਾਹ ਦੇਣੀ ਚਾਹੀਦੀ ਕਿ ਤੁਸੀਂ ਕਿਸੇ ਵੀ ਟਾਈਮ ਤੇ ਜੁਆਇੰਟ ਟੈਨੈਂਸੀ ਨੂੰ ਸਪਲਿਟ ਕਰ ਸਕਦੇ ਆ ਜੀ। ਸੋ ਉਹਦੇ ਜਿੱਦਾਂ ਹੁਣ ਜੇ ਮੈਨੂੰ ਇਹ ਕਹਿਣ ਕਿ ਜੀ ਮੈਂ ਇਹ ਚਾਹੁੰਦਾ ਕਿ ਮੇਰੀ ਵਾਈਫ ਨੂੰ ਨਾ ਜਾਵੇ, ਮੇਰੇ ਬੇਟੇ ਨੂੰ ਜਾਵੇ, ਜਾਂ ਜਸਟ ਇਜ਼ ਐਨ ਐਗਜ਼ਾਮਪਲ, ਸੋ ਕਿ ਸਪੋਜ਼ ਭਰਾ ਦੇ ਨਾਲ ਪ੍ਰੋਪਰਟੀ ਆ ਉਹ ਜੁਆਇੰਟ ਹੈਗੀ ਆ, ਤਾਂ ਭਰਾ ਨੂੰ ਨੀ ਜਾਣੀ, ਮੇਰੇ ਵਾਈਫ ਨੂੰ ਜਾਵੇ ਜਾਂ ਮੇਰੀ ਫੈਮਿਲੀ ਨੂੰ ਜਾਵੇ, ਤੁਸੀਂ ਕਿਸੇ ਟਾਈਮ ਵੀ ਉਹ ਜੁਆਇੰਟ ਟੈਨੈਂਸੀ ਯੂਨੀਲੈਟਰਲੀ ਇੱਕ ਫੋਰਮ ਫਾਈਲ ਕਰਕੇ ਲੈਂਡ ਟਾਈਟਲ ਤੇ ਤੁਹਾਡਾ ਵਕੀਲ ਉਹ ਸਪਲਿਟ ਕਰ ਸਕਦਾ ਆ ਉਹ ਜੁਆਇੰਟ ਟੈਨੈਂਸੀ। ਸੋ ਅਸੀਂ ਰਾਦਰ ਦੈਨ ਟੇਕਿੰਗ ਰਿਸਕ ਅਸੀਂ ਇਨਕਰੇਜ ਕਰਾਂਗੇ ਕਿ ਜੇ ਉਹ ਕਰਨਾ ਆ ਤਾਂ ਫਿਰ ਤੁਸੀਂ ਸਪਲਿਟ ਕਰ ਦੋ ਜੁਆਇੰਟ ਟੈਨੈਂਸੀ ਨੂੰ, ਉਹਨੂੰ ਟੈਨੈਂਸੀ ਇਨ ਕਾਮਨ ਬਣਾ ਦੋ ਉਦੋਂ ਜੀ, ਰਾਈਟ। ਸੋ ਜਦੋਂ ਉਹ ਤੁਸੀਂ ਟੈਨੈਂਸੀ ਇਨ ਕਾਮਨ ਬਣਾ ਲਿਆ ਫਿਰ ਤੁਹਾਡੀ ਉਹ ਵਸੀਅਤ ਦੇ ਥਰੂ ਫਲੋ ਕਰਨੀ ਆ। ਸੋ ਰਿਸਕ ਹੁੰਦਾ ਆ ਕਿ ਜੇ ਤੁਸੀਂ ਉਹ ਵਸੀਅਤ ਵਿੱਚ ਲਿਖ ਜਾਣ ਜਿਹੜਾ ਅਦਰ ਪਰਸਨ ਟਾਈਟਲ ਤੇ ਉਹ ਆਪਣੇ ਨਾਮ ਕਰ ਲਵੇ, ਤਾਂ ਫਿਰ ਤੁਸੀਂ ਵਸੀਅਤ ਨੂੰ ਕੋਰਟ ਚ ਲਿਜਾਓਗੇ, ਉਹਨਾਂ ਨੂੰ ਸੂ ਕਰੋਗੇ, ਉਹ ਇਨਫੋਰਸ ਕਰਨ ਨੂੰ ਫਿਰ ਦੇਖੋਗੇ ਜੱਜ ਮੰਨਦਾ ਕਿ ਨਹੀਂ ਮੰਨਦਾ, ਰਾਈਟ। ਸੋ ਬੈਸਟ ਹੈਗਾ ਕਿ ਫਿਰ ਜੁਆਇੰਟ ਟੈਨੈਂਸੀ ਸਪਲਿਟ ਕੀਤੀ ਜਾਵੇ ਤਾਂ ਫਿਰ ਤੁਸੀਂ ਉਹਨੂੰ ਆਪਣੀ ਵਸੀਅਤ ਪਾ ਦਿਓ ਜੀ। ਸੋਨੀਆ, ਇੱਕ ਆਫ ਏਅਰ ਕਾਲ ਆਈ ਸੀ ਸਾਨੂੰ, ਉਹ ਪੁੱਛ ਰਹੇ ਨੇ ਕਿ ਟਰਸਟ ਐਗਰੀਮੈਂਟ ਕੀ ਹੁੰਦਾ? ਹਾਂਜੀ, ਟਰਸਟ ਐਗਰੀਮੈਂਟ ਇੱਕ ਐਗਰੀਮੈਂਟ ਜਿਹਦਾ ਹੁਣ ਆਪਾਂ ਬੇਅਰ ਟਰਸਟ ਐਗਰੀਮੈਂਟ ਕਹੇਗਾ ਉਹਨੂੰ ਜੀ, ਉਹਦੇ ਕੀ ਹੁੰਦਾ ਹੈ ਕਿ ਜਿਹਦਾ ਟਾਈਟਲ ਤੇ ਆਪਾਂ ਜਿੱਦਾਂ ਮੈਂ ਗੱਲ ਕੀਤੀ ਸੀ ਤੁਹਾਡੀ ਮੇਰੀ ਪ੍ਰੋਪਰਟੀ ਹੋਵੇ, ਰਾਈਟ। ਸੋ ਮੈਂ ਆਪਣਾ ਨਾਮ ਨਾ ਪਾਇਆ ਹੋਵੇ ਕਿਸੇ ਕਾਰਨ, ਪਹਿਲੋਂ ਹੁੰਦਾ ਸੀ ਕਿ ਕਿਸੇ ਵੀ ਕਾਰਨ ਤੁਸੀਂ ਨਹੀਂ ਪਾਇਆ ਹੈਗਾ, ਸੋ ਉਹਦੇ ਵਿੱਚ ਪਰ ਤੁਸੀਂ ਮੈਨਾਂ ਮੈਂ ਪੈਸੇ ਬਰਾਬਰ ਪਾਏ ਆ ਜਾਂ ਆਪਣੇ ਹਿੱਸੇ ਦੇ ਪਾਏ ਆ, ਮੈਂ ਮੋਰਗੇਜ ਪੇਮੈਂਟ ਵੀ ਕਰ ਰਹੀ ਹਾਂ ਸਾਰਾ ਕੁਛ, ਸੋ ਉਹਦੇ ਵਿੱਚ ਆਪਾਂ ਟਰਸਟ ਐਗਰੀਮੈਂਟ ਲਿਖ ਸਕਦੇ ਹਾਂ ਕਿ ਭਾਵੇਂ ਟਾਈਟਲ ਤੇ ਤੁਹਾਡਾ ਨਾਮ ਹੈ ਜੀ, ਪ੍ਰੋਪਰਟੀ ਤੁਸੀਂ ਮੇਰੇ ਲਈ ਵੀ ਹੋਲਡ ਕਰ ਰਹੇ ਹੋ ਜਾਂ ਮੇਰੀ ਹੀ ਪ੍ਰੋਪਰਟੀ ਹੋਲਡ ਕਰ ਰਹੇ ਹੋ। ਓਕੇ, ਤੇ ਇਹ ਬਹੁਤ ਕਾਮਨ ਸਿਨੈਰੀਓ ਕਮਰਸ਼ੀਅਲ ਸੈਟਅਪ ਚ ਹੁੰਦਾ ਹੈ ਕਿ ਇੱਕ ਕੰਪਨੀ ਪ੍ਰੋਪਰਟੀ ਓਨ ਕਰਦੀ ਆ, ਰਾਈਟ, ਉਹ ਟਰਸਟੀ ਹੁੰਦੀ ਆ, ਤੇ ਕਿੰਨੇ ਜਣੇ ਹੋਰ ਬੈਨੀਫਿਸ਼ੀਅਲ ਓਨਰ ਹੁੰਦੇ ਆ ਉਹ ਅਲੱਗ ਹੁੰਦੇ ਆ ਜੀ, ਕੰਪਨੀ ਟਾਈਟਲ ਤੇ ਆ ਉਹਦਾ
ਮਤਲਬ ਉਸ ਪ੍ਰਾਪਰਟੀ ਦਾ ਫਾਇਦਾ ਉਹਨਾਂ ਨੂੰ ਕੋਈ ਨੀ ਹੋਣਾ, ਸਿਰਫ ਟਰਸਟੀ ਆ। ਅੱਛਾ, ਜਿਹੜੀ ਓਨਰਸ਼ਿਪ ਹੈਗੀ ਆ, ਜਿਹੜਾ ਫਾਇਦਾ ਹੋਣਾ ਆ, ਮਾਲਕ ਹੈਗੇ ਆ ਉਹ ਬੈਨੀਫੀਸ਼ਰੀ ਜੀ ਆ ਜੀ। ਸੋਰਸ ਹੈਗਾ। ओके सोनिया, एक होर सवाल है कि कहिंदे इह हो सकदा है कि मॉर्गेज ते मेरा नाम होवे पर टाइटल ते मेरा नाम ना होवे। हां जी, अपना जेड़ा आई थिंक फर्स्ट या सेकंड क्वेश्चन आया सीगा जेड़ा वो इदां दा ही सीगा। तो जेड़ा मॉर्गेज ते नाम होवे ते टाइटल ते ना होवे उहदा कोई मतलब नहीं बनदा, क्योंकि जिन्ना दा भी जिहड़ी प्रॉपर्टी है ओहदी ही मॉर्गेज हुंदी आ। मॉर्गेज हुंदी आ कि तुसीं अपनी प्रॉपर्टी प्लेज कीती आ, गिरवी रखी आ जी, राइट। जो थोड़ी प्रॉपर्टी का नाम नहीं है थोड़ा मॉर्गेज से कि नाम हो जूगा। ओके, गारंटी दे सकते हैं मॉर्गेज से। अच्छा, गारंटी दे लो मॉर्गेज की। अजकल जो लेंडर है वो गारंटी नहीं लेंदे, कहते हैं कि मॉर्गेज से नाम पाओ। सपोज जी जी, मॉर्गेज नहीं अप्रूव हो रही, तुम मेनू कह रहे कि सोनिया अपनी इनकम इनकलूड कर दो, राइट, कि साडी अप्रूव करा दो, अपना नाम पवा लो जी। तो उस केस विच सिनेरियो जो सी की करीदा, क्योंकि लेंडर नु ये फर्क नहीं हैगा कि किन्नी परसेंटेज केदी है, राइट। सो उस केस विच जेदी जिन्नू सिर्फ मॉर्गेज पर्पस ली यूज कीता हैगा, या कई बार ये जो उन्हां नु 1% दे दी दया ओनरशिप, ओके, तो बाकी 99% जेदी प्रॉपर्टी हैगी है जी। ये थोड़ा जे ध्यान ना करना पेंदा, क्योंकि कई बार जे थोड़े फादर इन लॉ आ या कुछ इदां हैगे आ, तो जेडी 1% ਤੁਸੀਂ ਉਹਨਾਂ ਦੇ ਨਾਮ ਤੇ ਕਰ ਤੇ 99% ਆਪਣੇ ਨਾਮ ਤੇ ਕਰ ਲਈ, ਜੇ ਉਹਨਾਂ ਦੀ ਡੈਥ ਹੋ ਗਈ ਤਾਂ 1% ਤੇ ਤੁਹਾਡੀ ਬਾਕੀ ਸਾਰੀ ਫੈਮਿਲੀ ਰਹਿ ਜਾਏਗਾ। ਸੋ ਉਹ ਥੋੜਾ ਜਿਹਾ ਕੇਅਰਫੁਲੀ ਕਰਨਾ ਪੈਂਦਾ ਕਿ ਐਟਲੀਸਟ ਆਪਣੇ ਲੋਇਰ ਦੇ ਨਾਲ ਬੈਠ ਕੇ ਸਲਾਹ ਕਰੋ, ਐਂਡ ਮੇਕ ਸ਼ੋਰ ਕਿ ਤੁਹਾਡਾ ਲੋਇਰ ਤੁਹਾਨੂੰ ਪ੍ਰੋਪਰਲੀ ਐਡਵਾਈਸ ਕਰ ਰਿਹਾ ਉਸ ਗੱਲ ਤੇ ਕਿ ਟਾਈਟਲ ਤੇ ਕਿੱਦਾਂ ਜਾਣਾ ਹੈ, ਤਾਂ ਕੀ ਕਰਨਾ ਹੈ। ਅੱਛਾ ਸੋਨੀਆ, ਇੱਕੋ ਹੀ ਲੋਇਰ ਹੋ ਸਕਦਾ ਬਾਇਰ ਤੇ ਸੈਲਰ ਦਾ? ਨਹੀਂ ਜੀ, ਰਾਈਟ। ਸੋ ਜਿਹੜੀ ਲਾਅ ਸੋਸਾਇਟੀ ਹੈ ਉਹ ਸਾਨੂੰ ਸਾਰੇ ਲੋਇਰਸ ਨੂੰ ਗਵਰਨ ਕਰਦੀ ਆ। ਸੋ ਉਹਦੇ ਰੂਲਸ ਹੈਗੇ ਆ ਕਿ ਕਿਉਂਕਿ ਬਾਇਰ ਐਂਡ ਸੈਲਰ ਦਾ ਇੰਟਰਸਟ ਆਪੋਜ਼ਿਟ ਆ ਇੱਕ ਦੂਸਰੇ ਤੋਂ, ਰਾਈਟ। ਜੋ ਬਾਇਰ ਦੀ ਹੱਕ ਦੀ ਗੱਲ ਹੈ ਉਹ ਸੈਲਰ ਦੇ ਹੱਕ ਦੀ ਗੱਲ ਨਹੀਂ ਹੈ, ਅਗੇਨ ਵਾਈਸ ਵਰਸਾ ਜੀ। ਸੋ ਇਸ ਲਈ ਜੇ ਮੈਂ ਬਾਇਰ ਦੀ ਲੋਇਰ ਹਾਂ ਤਾਂ ਮੈਂ ਸੈਲਰ ਦੇ ਹੱਕ ਦੀ ਗੱਲ ਨਹੀਂ ਕਰ ਸਕਦੀ, ਸੋ ਮੈਨੂੰ ਇੱਕ ਹੀ ਪਾਰਟੀ ਦਾ ਲੋਇਰ ਬਣਨਾ ਪੈਂਦਾ ਆ। ਓਕੇ, ਐਕਸੈਪਟ ਫੋਰ ਰੈਜ਼ੀਡੈਂਸ਼ੀਅਲ ਪ੍ਰੋਪਰਟੀਜ਼ ਦੇ ਵਿੱਚ ਅਸੀਂ ਬਾਇਰ ਤੇ ਲੈਂਡਰ ਦਾ ਲੋਇਰ ਬਣ ਸਕਦੇ ਹਾਂ, ਜੇ ਉਹ ਮੇਜਰ ਬੈਂਕ ਜਾਂ ਕ੍ਰੈਡਿਟ ਯੂਨੀਅਨ ਹੈਗੀ ਆ ਜੀ। ਸੋ ਫਿਰ ਅਸੀਂ ਬੈਂਕ ਦਾ ਤਾਂ ਉਹਨਾਂ ਦੇ ਲੋਇਰ ਬਣ ਸਕਦੇ ਹਾਂ, ਤੇ ਪਰ ਅਸੀਂ ਸੈਲਰ ਔਰ ਬਾਇਰ ਦਾ ਲੋਇਰ ਨਹੀਂ ਬਣ ਸਕਦੇ ਜੀ। ਸੋਨੀਆ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਇੰਨੇ ਸਵਾਲਾਂ ਦੇ ਜਵਾਬ ਦਿੱਤੇ। ਮੈਨੂੰ ਪਤਾ ਹੈ ਕਿ ਸਮਾਂ ਜਿਹੜਾ ਹੈ ਬਹੁਤ ਸੀਮਿਤ ਸੀਗਾ, ਪਰ ਫਿਰ ਵੀ ਸਾਡੇ ਕਾਲਰਸ ਦੇ ਸਵਾਲ ਬਹੁਤ ਜ਼ਿਆਦਾ ਸੀ। ਥੈਂਕ ਯੂ ਸੋ ਮੱਚ ਕਿ ਤੁਸੀਂ ਬੜੀ ਅੱਛੀ ਤਰ੍ਹਾਂ ਐਕਸਪਲੇਨ ਕੀਤਾ, ਅਤੇ ਮੈਂ ਚਾਹਾਂਗੀ ਕਿ ਆਉਣ ਵਾਲੇ ਸ਼ੋਅਜ਼ ਦੇ ਵਿੱਚ ਵੀ ਤੁਹਾਨੂੰ ਲੈ ਕੇ ਆਈਏ, ਕਿਉਂਕਿ ਸਵਾਲ ਅਜੇ ਬਹੁਤ ਜ਼ਿਆਦਾ ਨੇ। ਹਾਂਜੀ, ਨੋ ਥੈਂਕ ਯੂ, ਆਈ ਵੁੱਡ ਬੀ ਮੋਰ ਦੈਨ ਹੈਪੀ ਟੂ ਕਮ ਅਗੇਨ। ਥੈਂਕ ਯੂ ਫੋਰ ਹੈਵਿੰਗ ਮੀ। ਥੈਂਕ ਯੂ ਸੋਨੀਆ, ਥੈਂਕ ਯੂ। ਇਹ ਸਨ, ਥੈਂਕ ਯੂ, ਗੁੱਡ ਨਾਈਟ। ਇਹ ਸਨ ਵਿਰਕ ਵਿਆਸ ਐਸੋਸੀਏਟ ਲਾਇਰਸ ਤੋਂ ਸੋਨੀਆ ਵਿਰਕ, ਜਿਹੜੇ ਕਿ ਰੀਅਲ ਇਸਟੇਟ ਸੰਬੰਧੀ ਸਵਾਲਾਂ ਦੇ ਜਵਾਬ ਦੇ ਰਹੇ ਸੀ। ਵਿਰਕ ਵਿਆਸ ਐਂਡ ਐਸੋਸੀਏਟ ਲਾਇਰਸ ਨੂੰ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਰੀਅਲ ਇਸਟੇਟ ਵੈਲਸ ਅਤੇ ਇਸਟੇਟਸ ਦੇ ਕੰਮ ਵਿੱਚ ਮੁਹਾਰਤ ਹਾਸਲ ਹੈ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੋਨੀਆ ਦਾ ਕਿ ਇਸ ਟਾਈਮ ਉਹਨਾਂ ਨੇ ਸਾਡੇ ਲਈ ਸਮਾਂ ਕੱਢਿਆ ਅਤੇ ਸਵਾਲਾਂ ਦੇ ਜਵਾਬ ਦਿੱਤੇ, ਅਤੇ ਤੁਹਾਡਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ। ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਇੱਕ ਵਾਰੀ ਫਿਰ ਸੋਨੀਆ ਨਾਲ ਗੱਲਬਾਤ ਕਰਾਂਗੇ ਅਤੇ ਕਿਸੇ ਹੋਰ ਵਿਸ਼ੇ ਦੇ ਉੱਤੇ ਤੁਹਾਡੇ ਸਵਾਲ ਲਵਾਂਗੇ। ਅੱਜ ਦੇ ਪ੍ਰੋਗਰਾਮ ਵਿੱਚ ਇੰਨੀਆਂ ਹੀ ਗੱਲਾਂ ਬਾਤਾਂ, ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਤਦ ਤੱਕ ਸੁਣਦੇ ਰਹਿਣਾ ਰੈਡ ਐਫ ਐਮ ਤੇ ਜੈਸਮਿਨ ਨੂੰ ਇਜਾਜ਼ਤ ਦਿਓ। Thank you for listening to another Red FM podcast. Don't forget to hit subscribe and check out our Red FM Canada YouTube channel. For further info, log on to our Red FM social media platforms or visit redfm.com.